पेंडू ऑस्ट्रेलिया चैनल नाल जुड़ चुके सारे सज्जना मित्रां दा मेरे बन्नियों स्वागत है जी। तो उन्होंने जी आया इस चैनल दे उत्ते, मैं जाने कि तुहाडा दोस्त ते होस्ट मिंटू बराड़ तुहाडे नाल हर रोज़ नवी तो नवी शख्सियत लैके मिलते हैं। बहुत सारिया शख्सियतां नामवर शख्सियतां होंदियां, बहुत सारिया शख्सियतां उस राह तुरियां होंदियां, पर साडा मकसद हमेशा उस शख्सियत नूं तुहाडे तक लैके आउणा हुंदा है जिन्हें कुछ ना कुछ लीहों हट के कीता होवे ते कोई नवां राह तोरिया होवे ते जां किसे लई राह खोले होण जां समाज लई जां किसे लई कुछ कीता होवे, अपने लई तां सारे करदे आ ते खास करके जदों किसे लई कुछ करन दी गल आउंदी है ते ओह धरती विदेश दी होवे ते सुखाला काम नहीं हुंदा, क्योंकि मैनूं खुद नूं 15 साल हो गए, मैनूं पता इह किन्ना औखा हुंदा किसे लई जिउणा। ते किसे लई जिउण वेले कोई चक्कर नहीं, बंदे नूं मेहनत लग जाए, पैसा लग जाए, सब कुछ हो जाए, कोई फर्क नहीं पैंदा, पर जिहड़ा दुख उदों हुंदा जदों बंदा जिहदे लई जिउंदा ते उही फिर तुहाडे लई गल्लां बणाउंदे आ जां कोई टेढ़े पिंगियां गल्लां करदे आ ते ओह जिहड़ा पक्ख हुंदा सब तों औखा हुंदा, पर इन्हां पक्खां चों जिहड़ा निकल के आ जाए ते फिर ओह कहिंदे नहीं तां सिउणा बन जांदा ते उही सिउणा फिर लेटर आउण जिहड़ी लोकां नूं फायदा दिंदा, जिहड़ा लोकां लई ओह बहुत महंगी वस्तु हो जांदा ते उहनां दे अड़े तोड़े काम कढ़दा। सो इह जिहियां जिहड़ियां भूमिकावां हरेक लई नहीं बन्नियां जा सकदियां। एक यंग जनरेशन दा साडा नौजवान साथी आ, पिछले 14-15 साल तो आस्ट्रेलिया दे विच आ ते स्टूडेंट दी जिंदगी जोई स्टूडेंट हुंदिआं काफ़ी मेहनत कीती ते अखीर मेहनत करदी वी रास वी आई ते पिछले 4 साल पहलां तुसीं उहनां दा नां चर्चा 'च सुणिआ। चर्चा थोड़ी जी नैगेटिव वे नाल भी चली सी, भावें चर्चा शुरू पॉजिटिव वे नाल होई सी, उह कौंसल दे कलैक्शनां 'च खड़े होए सी, पर फिर थोड़े दिनां बाद एक कोई हादसा वापरदा ते उह बड़ी नैगेटिव चर्चा भी सुणन नूं मिली। पर कहिंदे नहीं हुंदे जदों ਕਿਤੇ ਇਹ ਜਿਹੀ ਨੈਗੇਟਿਵਿਟੀ ਆਉਂਦੀ ਆ ਤਾਂ ਫਿਰ ਉੱਥੇ ਜਦੋਂ ਸੀਨਾ ਪਾੜ ਕੇ ਉੱਗਦਾ ਨਾ ਜਦੋਂ ਬੰਦਾ ਤਾਂ ਸਵਾਦ ਵੀ ਕਈ ਗੁਣਾ ਚੰਗਾ ਆਉਂਦਾ। ਸੋ ਉਹ ਸਵਾਦ ਚੱਖਿਆ ਸਾਡੇ ਅੱਜ ਦੇ ਮਹਿਮਾਨ ਜਿਨ੍ਹਾਂ ਦਾ ਨਾਂ ਤਾਂ ਬਲਦੇਵ ਸਿੰਘ ਆ ਪਰ ਇਸ ਨਾਂ ਤੋਂ ਬਹੁਤ ਘੱਟ ਲੋਕ ਉਹਨਾਂ ਨੂੰ ਜਾਣਦੇ ਆ, ਮੇਰੇ ਵਾਲਾ ਹਾਲ ਹੀ ਹੈ ਜੀ। ਅਤੇ ਪਰ ਉਹਨਾਂ ਨੂੰ ਸਨੀ ਸਿੰਘ ਜਦੋਂ ਤੁਸੀਂ ਕਹੋਗੇ ਅਤੇ ਨਾਲ ਪੋਰਟ ਗਸਤਾ ਕਹਿ ਦਿਓਗੇ ਸਾਊਥ ਆਸਟ੍ਰੇਲੀਆ ਦਾ ਤਾਂ ਬਹੁਤ ਉਹਨਾਂ ਦਾ ਨਾਂ ਬਣਿਆ ਹੋਇਆ। ਕਾਰਨ ਉਹਨਾਂ ਨੇ ਅੱਜ ਤੋਂ 4 ਸਾਲ ਪਹਿਲਾਂ ਇੱਕ ਦਸਤਾਰਧਾਰੀ ਨੌਜਵਾਨ ਹੁੰਦੇ ਹੋਏ ਪੋਰਟ ਗਸਤਾ ਵਰਗੇ ਇੱਕ ਕਸਬੇ ਦੇ ਵਿੱਚ ਕੌਂਸਲਰ ਦੇ ਇਲੈਕਸ਼ਨਾਂ ਦੇ ਵਿੱਚ ਉਹਨਾਂ ਨੇ ਆਪਣੀ ਕਿਸਮਤ ਉਜਾਈ ਅਤੇ ਬਹੁਤ ਹੀ ਸੋਹਣੇ ਫਰਕ ਨਾਲ ਉਹ ਜਿੱਤੇ ਅਤੇ ਪਿਛਲੇ 4 ਸਾਲਾਂ ਤੋਂ ਉਹਨਾਂ ਨੇ ਆਪਣੀ ਜਿਹੜੀਆਂ ਸੇਵਾਵਾਂ ਨਿਭਾਈਆਂ। ਪਰ ਹੁਣ ਸਬੱਬ ਕੀ ਬਣਿਆ, ਮੈਂ ਪੋਰਟ ਗਸਤਾ ਆਉਣ ਦੀ ਬਹੁਤ ਕੋਸ਼ਿਸ਼ ਕਰ ਰਿਹਾ ਸੀ ਅਤੇ ਸਬੱਬ ਇਹੋ ਜਿਹਾ ਬਣਿਆ ਜਦੋਂ ਮੈਂ ਦੁਬਾਰੇ ਇੱਥੇ ਪਹੁੰਚਿਆ ਤਾਂ ਦੁਬਾਰੇ ਵੀ ਇਲੈਕਸ਼ਨ ਅਨਾਊਂਸ ਹੋ ਚੁੱਕੇ ਆ। ਸੋ ਜੇ ਕਹੀਏ ਇਹ ਇੰਟਰਵਿਊ ਇਲੈਕਸ਼ਨਾਂ ਵਾਲੀ ਕਰ ਰਹੇ ਹਾਂ, ਨਹੀਂ ਉਹ ਗੱਲ ਨਹੀਂ ਹੈ, ਇਹ ਸਬੱਬ ਬਣਿਆ, ਕੁਦਰਤਨ ਸਵੱਬ ਬਣਿਆ। ਸੋ ਆਓ ਆਪਾਂ ਸਾਰੇ ਰਲ ਕੇ ਸਵਾਗਤ ਕਰਦੇ ਹਾਂ ਬਾਈ ਸਨੀ ਸਿੰਘ ਹੋਰਾਂ ਦਾ ਅਤੇ ਨਾਲ ਹੀ ਉਹਨਾਂ ਤੋਂ ਜਾਣਦੇ ਹਾਂ ਸਫ਼ਰ ਕੀ ਕੁਛ ਔਕੜਾਂ ਆਈਆਂ ਅਤੇ ਕੀ ਕੁਛ ਉਹਨਾਂ ਨੇ ਕੀਤਾ ਅਤੇ ਕੀ ਕੁਛ ਉਹਨਾਂ ਕਰਨਾ ਚਾਹੁੰਦੇ ਆ। ਸੋ ਸਤਿ ਸ਼੍ਰੀ ਅਕਾਲ ਸਨੀ ਬਾਈ। ਸਤਿ ਸ਼੍ਰੀ ਅਕਾਲ ਜੀ, ਪੇਂਡੂ ਆਸਟ੍ਰੇਲੀਆ ਦੇਖਦੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮਿੰਟੂ ਭਾਅ ਜੀ, ਅਤੇ ਬੜੀ ਮਿਹਰਬਾਨੀ ਤੁਹਾਡੀ, ਇੰਨੀ ਤੁਸੀਂ ਜਿਹੜੀ ਭੂਮਿਕਾ ਬੰਨੀ ਇੰਨੇ ਜੋਗੇ ਆਪਾਂ ਹੈ ਨਹੀਂ ਗੇ, ਬਟ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਪੋਡਕਾਸਟ ਆਉਣ ਲਈ, ਸਵਾਗਤ ਆ ਤੁਹਾਡਾ ਵੀ ਸਾਡੇ ਸ਼ਹਿਰ ਦੇ ਵਿੱਚ। ਨਹੀਂ ਜਦੋਂ ਕੋਈ ਉੱਦਮ ਕਰਦਾ ਅਤੇ ਜੇ ਕਹਿੰਦੇ ਨਹੀਂ ਹੁੰਦੇ ਜੇ ਕਿਸੇ ਦੀ ਵਡਿਆਈ ਕਰਨੀ ਨਾ ਉਹ ਵੀ ਸੀਨੇ 'ਤੇ ਪੱਥਰ ਰੱਖ ਕੇ ਕਰਨੀ ਪੈਂਦੀ ਆ, ਨਹੀਂ ਨਿਕਲਦੇ ਸ਼ਬਦ, ਜੈਲਸੀ ਤਾਂ ਜ਼ਰੂਰ ਆਉਂਦੀ ਹੈ, ਪਰ ਇਹ ਸ਼ਬਦ ਕੱਢਣੇ ਕਾਫ਼ੀ ਔਖੇ ਹੁੰਦੇ ਆ, ਮੈਂ ਵੀ ਖਾਸਾ ਔਖਾ ਹੋ ਕੇ ਕੱਢੇ ਆ, ਪਰ ਇਹ ਸੱਚ ਸੀ, ਸੱਚ ਨੂੰ ਚਾਹੇ ਕਿੰਨਾ ਔਖਾ ਹੋ ਕੇ ਜੰਮਣਾ ਪਵੇ ਜੰਮਣਾ ਚਾਹੀਦਾ। ਸੋ ਬਾਈ ਜੀ, ਮੈਨੂੰ ਪਤਾ ਲੱਗਿਆ ਤੁਸੀਂ ਲੁਧਿਆਣੇ ਤੋਂ ਬਿਲੋਂਗ ਕਰਦੇ, ਹਾਂਜੀ, ਕਿੱਧਰੇ ਮੈਟਰੋ ਸਿਟੀ ਜਦੋਂ ਆਸਟ੍ਰੇਲੀਆ ਆ ਗਏ ਤੇ ਫਿਰ ਤੁਸੀਂ ਲੁਧਿਆਣੇ ਦੇ ਮੁਕਾਬਲੇ ਤਾਂ ਫਿਰ ਸਿਡਨੀ ਮੈਲਬਰਨ ਚੂਜ਼ ਕਰਨਾ ਸੀ, ਇੱਥੇ ਕਿੱਥੇ ਆ ਵਸੇ? ਹਾਂਜੀ, ਇਹਦੇ ਪਿੱਛੇ ਵੀ ਇੱਕ ਜਿੱਦਾਂ ਆਪਾਂ ਕਹੀਏ ਕਿ ਸਟਰਗਲ ਦਾ ਜਦੋਂ ਸ਼ੁਰੂਆਤ ਹੁੰਦੀ ਆ ਤਾਂ ਜਦੋਂ ਆਪਾਂ ਓਬਵੀਅਸਲੀ ਜਦੋਂ ਆਪਾਂ ਪੰਜਾਬ ਤੋਂ ਤੁਰ ਕੇ ਆਉਂਦੇ ਹਾਂ ਤਾਂ ਆਪਾਂ ਦੇਖੇ ਮੈਲਬਰਨ ਸਿਡਨੀ ਹੁੰਦੇ ਆ ਨਕਸ਼ੇ ਦੇ ਉੱਤੇ, ਵੱਡੇ ਵੱਡੇ ਸ਼ਹਿਰ, ਵੱਡੀਆਂ ਵੱਡੀਆਂ ਬਿਲਡਿੰਗਾਂ, ਬਟ ਕਿਸਮਤ ਨੇ ਜਾਂ ਲਾ ਲਓ ਜੋਬ ਦੀ ਭਾਲ ਨੇ, ਰੁਜ਼ਗਾਰ ਦੇ ਭਾਲ ਨੇ, ਪੋਰਟ ਅਗਸਤਾ ਸ਼ਹਿਰ ਕਿਸੇ ਨੇ ਦੱਸਿਆ ਤਾਂ ਇੱਥੇ ਆਉਣ ਦਾ ਸਬੱਬ ਬਣਿਆ। ਸਬੱਬ ਬਣਿਆ ਸੀਗਾ 3-4 ਮਹੀਨੇ ਲਈ, 4 ਪੈਸੇ ਜੋੜ ਲਾਂਗੇ ਫਿਰ ਵੱਡੇ ਸ਼ਹਿਰ ਚਲੇ ਜਾਵਾਂਗੇ, ਬਟ ਉਹ 3-4 ਮਹੀਨੇ 14 ਸਾਲ 'ਚ ਕਦੋਂ ਬਦਲ ਗਏ ਪਤਾ ਨਹੀਂ ਲੱਗਿਆ। ਸੋ ਕਿਹੜੇ ਸਾਲ ਦੀ ਗੱਲ ਹੈ, 8 ਦੀ ਗੱਲ ਆ? 2000? ਹਾਂਜੀ ਹਾਂਜੀ, 2008 ਦੀ ਦਸੰਬਰ 'ਚ ਅਸੀਂ ਐਡੀਲੇਡ ਆਏ ਸੀਗੇ ਜੀ, ਉੱਥੇ ਤਕਰੀਬਨ 4 ਜਾਂ 5 ਵੀਕ ਰਹਿ ਕੇ ਉਦੋਂ ਬਾਅਦ 2009 ਦੀ ਜਨਵਰੀ 'ਚ ਅਸੀਂ ਪੋਰਟ ਅਗਸਤਾ ਆ ਗਏ ਸੀਗੇ। ਕਿਸੇ ਸੱਜਣ ਨੇ ਦੱਸ ਪਾਈ ਪੋਰਟ ਅਗਸਤਾ ਜਾਓ? ਹਾਂਜੀ, ਗੁਰਪ੍ਰੀਤ ਸਿੰਘ ਨਾਮ ਹੈ ਜੀ ਉਹਨਾਂ ਦਾ, ਉਹਨਾਂ ਦਾ ਧੰਨਵਾਦੀ ਹਾਂ ਮੈਂ ਅੱਜ ਵੀ, ਉਹ ਮਿਲੇ ਨਹੀਂ ਬਹੁਤ ਦੇਰ ਤੋਂ ਮੈਨੂੰ, ਬਟ ਉਹਨਾਂ ਨੇ ਮੈਨੂੰ ਦੱਸਿਆ ਉਸ ਟਾਈਮ ਆਪ ਜਿਹੜੇ ਆ ਸੋਸ਼ਲ ਮੀਡੀਆ ਫੇਸਬੁੱਕ ਗੂਗਲ ਥੋੜ੍ਹੇ ਜਿਹੇ ਘੱਟ ਹੁੰਦੇ ਸੀ ਜੀ, ਅਤੇ ਉਹਨਾਂ ਨੇ ਮੈਨੂੰ ਦੱਸਿਆ ਕਿ ਪੋਰਟ ਅਗਸਤਾ ਨਾਮ ਦਾ ਕੋਈ ਸ਼ਹਿਰ ਆ, ਉੱਥੇ ਤੁਹਾਨੂੰ ਜੋਬ ਥੋੜ੍ਹੀ ਸੌਖੀ ਮਿਲ ਜੂਗੀ। ਸੋ 14 ਸਾਲ ਪਹਿਲਾਂ ਤੁਸੀਂ PR ਦੀ ਭਾਲ 'ਚ ਇੱਥੇ ਆਏ ਸੀ,
ਕਿਉਂਕਿ ਕੰਟਰੀ ਸਾਈਡ ਥੋੜ੍ਹੀ ਸੌਖੀ ਮਿਲ ਜਾਂਦੀ ਸੀ ਵੀ ਯਾਰ। ਪੜ੍ਹਾਈ ਤੁਹਾਡੀ ਸੀ ਜਾਂ ਤੁਹਾਡੀ ਵਾਈਫ ਦੇ? ਪੜ੍ਹਾਈ ਮੇਰੀ ਮਿਸਿਸ ਕਰ ਰਹੇ ਸੀਗੇ ਜੀ। ਜੀ ਕਿਹੜੀ ਲਾਈਨ 'ਚ ਸੀ? ਉਹਨਾਂ ਦਾ ਜਿਹੜਾ ਕੋਰਸ ਸੀਗਾ ਜੀ ਉਹ ਕਮਿਊਨਿਟੀ ਵੈਲਫੇਅਰ ਦਾ ਸੀ, ਤੇ ਉਹਨਾਂ ਕਰਕੇ ਵੀ ਅਸੀਂ ਸੋਚਿਆ ਕਿ ਸ਼ਾਇਦ ਕਮਿਊਨਿਟੀ ਵੈਲਫੇਅਰ ਨਾਲ ਰਿਲੇਟਡ ਜਿਹੜੀਆਂ ਜੋਬਸ ਹੁੰਦੀਆਂ ਨੇ ਉਹ ਕੰਟਰੀ ਸਾਈਡ ਥੋੜ੍ਹੀਆਂ ਜਿਹੀਆਂ ਸੌਖੀਆਂ ਮਿਲ ਜਾਣਗੀਆਂ ਤੇ ਫਿਊਚਰ 'ਚ ਅਸੀਂ ਥੋੜ੍ਹੇ ਸੌਖੇ ਪੱਕੇ ਹੋ ਜਾਵਾਂਗੇ। ਸੋ ਉਹ ਤੁਸੀਂ ਰਾਹ ਵਧੀਆ ਚੁਣ ਲਿਆ, ਸੋ ਧੰਨਵਾਦੀ ਹੋਣਾ ਚਾਹੀਦਾ ਜੀ ਜਿਹੜੇ ਲੋਕ ਸੱਜਣ ਇਹੋ ਜਿਹੇ ਸੱਜਣ ਮਿੱਤਰ ਦੱਸ ਪਾਉਂਦੇ। ਮੈਂ ਦੱਸ ਤਾਂ ਮੈਂ ਵੀ ਬਹੁਤ ਸਾਲਾਂ ਦਾ ਪਾਉਣਾ, ਤੇ ਮਨ ਦੇ 5-10% ਲੋਕ ਆ ਜਿਹੜੇ ਮੰਨ ਲੈਂਦੇ ਆ ਉਹ ਤੁਹਾਡੇ ਵਾਂਗੂ ਫਿਰ ਸੈੱਟ ਵੀ ਹੋ ਜਾਂਦੇ ਆ। ਸੋ ਸਨੀ ਬਾਈ ਗੱਲ ਇਹ ਆ ਵੀ ਤੁਸੀਂ ਇੱਥੇ ਆ ਗਏ, ਇੱਥੇ ਆਉਣ ਤੋਂ ਬਾਅਦ ਕਿੰਨੇ ਕੁ ਸਾਲ ਲੱਗੇ ਤੁਹਾਨੂੰ ਪੱਕਾ ਹੋਣ ਲਈ, ਜਾਂ ਸ਼ੁਰੂਆਤ ਦੀ ਕਿੰਨੀ ਕੁ ਔਖੀ ਰਹੀ? ਸ਼ੁਰੂਆਤ ਮੇਰੀ ਜੇ ਮੈਂ ਪਰਸਨਲੀ ਕਹਾਂ ਮੇਰੀ ਥੋੜ੍ਹੀ ਜਿਹੀ ਸੌਖੀ ਰਹੀ, ਬਿਕੋਜ਼ ਮੈਂ ਇੱਥੇ ਆ ਕੇ ਆਪਣਾ ਘਰ ਅਸੀਂ ਰੈਂਟ 'ਤੇ ਲੈ ਲਿਆ, ਅਤੇ ਮੈਂ ਆਪਣਾ ਟੈਕਸੀ ਦਾ ਟੈਕਸੀ ਡਰਾਈਵਰ ਬਣ ਗਿਆ, ਟੈਕਸੀ ਚਲਾਉਣ ਲੱਗ ਗਿਆ, ਅਤੇ ਰੁਜ਼ਗਾਰ ਮਿਲ ਗਿਆ ਵਧੀਆ, ਮੇਰੀ ਰੂਟੀਨ ਬਣ ਗਈ। ਬਟ ਮੇਰੇ ਮਿਸਿਸ ਨੇ ਜਿਹੜੇ ਉਹਨਾਂ ਦੀ ਕਾਫੀ ਸਟਰਗਲ ਭਰੀ ਜ਼ਿੰਦਗੀ ਸੀ, ਬਿਕੋਜ਼ ਉਹਨਾਂ ਨੂੰ ਐਡੀਲੇਡ ਜਾਣਾ ਪੈਂਦਾ ਸੀ ਹਰੇਕ ਹਫ਼ਤੇ ਬੱਸ ਦੇ ਉੱਤੇ ਪੜ੍ਹਨ ਲਈ 300 ਕਿਲੋਮੀਟਰ, ਕਿਉਂਕਿ ਕਾਲਜ ਉਹਨਾਂ ਦਾ ਐਡੀਲੇਡ ਸੀਗਾ, ਉਹ 300 ਕਿਲੋਮੀਟਰ 5 ਘੰਟੇ ਬੱਸ ਦਾ ਸਫ਼ਰ ਕਰਕੇ ਹਰੇਕ ਹਫ਼ਤੇ ਐਡੀਲੇਡ ਜਾਂਦੇ ਸੀ, ਤੇ ਹਫ਼ਤੇ ਬਾਅਦ ਵਾਪਸ ਆ ਕੇ ਇੱਥੇ 2 ਦਿਨ ਜੋਬ ਕਰਦੇ ਸੀ। ਉਹਨਾਂ ਦਾ ਕਾਫੀ ਸਟਰਗਲ ਉੱਥੇ ਜੁੜਿਆ ਹੋਇਆ, ਉਹ ਟਾਈਮ ਜਿਹੜਾ ਅਸੀਂ ਹੰਢਾ ਲਿਆ 3 ਜਾਂ 4 ਸਾਲ ਦਾ। ਤੇ ਜਿੱਦਾਂ ਤੁਹਾਡਾ ਸਵਾਲ ਸੀਗਾ, ਅਸੀਂ ਤਕਰੀਬਨ 2012 'ਚ 3 ਸਾਲ ਬਾਅਦ ਅਸੀਂ ਆਪਣੇ ਆਪ ਨੂੰ ਬਹੁਤ ਲੱਕੀ ਮੰਨਦੇ ਹਾਂ ਕਿ ਅਸੀਂ ਪੱਕੇ ਹੋ ਗਏ ਸੀਗੇ। ਸੋ ਮੇਰੇ ਹਿਸਾਬ ਨਾਲ ਇਹ ਡਬਲ ਸਪੀਡ ਆ, ਜੇ ਕਿਤੇ ਮੈਟਰੋ ਸਿਟੀ 'ਚ ਹੁੰਦੇ ਤਾਂ 6 ਸਾਲ ਲੱਗ ਜਾਂਦੇ। ਹਾਂਜੀ ਹਾਂਜੀ, ਓਬਵੀਅਸਲੀ ਕਈ ਬੰਦੇ ਸਾਡੇ ਨਾਲ ਦੇ ਬੈਚ ਦੇ ਹਜੇ ਤੱਕ ਵੀ ਨਹੀਂ ਪੱਕੇ ਹੋਏ, ਉਸ ਟਾਈਮ ਦੇ ਆਏ ਆ ਜਿਹੜੇ, ਤੇ ਕਾਫੀ ਸਪੀਡ ਨਾਲ ਅਸੀਂ ਸਾਡਾ ਉਹ ਕੰਮ ਹੋ ਗਿਆ ਜਿਹੜਾ ਸਟਰਗਲ ਕੀਤਾ ਸੀ ਉਹ ਕੰਮ ਆ ਗਿਆ। ਉਦੋਂ ਪੋਰਟ ਅਗਸਤਾ ਬਹੁਤ ਖੂਬਸੂਰਤ ਸ਼ਹਿਰ ਆ, ਇੱਕ ਪੋਰਟ ਰਹੀ ਹੈ ਕਿਸੇ ਟਾਈਮ ਦੀ, ਬਹੁਤ ਵਧੀਆ ਚਲੋ ਹੈ। ਆਬਾਦੀ ਕਿੰਨੀ ਕੁ? ਤਕਰੀਬਨ 14,000 ਦੀ ਆਬਾਦੀ ਹੈ ਜੀ, ਬਾਕੀ ਇੱਥੇ ਟੂਰਿਸਟ ਥੋੜ੍ਹਾ ਜਿਹਾ ਜ਼ਿਆਦਾ ਆ, ਬਿਕੋਜ਼ ਇਹ ਇੱਕ ਇੰਟਰਸੈਕਸ਼ਨ ਕ੍ਰੋਸ ਰੋਡ ਆਫ ਆਸਟ੍ਰੇਲੀਆ ਆਪਾਂ ਇਹਨੂੰ ਕਹਿੰਦੇ ਹਾਂ, ਤੇ ਤਕਰੀਬਨ 2,000 ਦੀ ਆਬਾਦੀ ਫਕਚੁਏਟ ਹੁੰਦੀ ਰਹਿੰਦੀ ਆ, ਕਦੇ ਆ ਗਏ ਕਦੇ ਚਲੇ ਗਏ, 14,000 ਤੋਂ 16,000 ਦੀ ਆਬਾਦੀ ਤੁਸੀਂ ਕਹਿ ਸਕਦੇ ਹੋ। ਤੋ ਇਸ ਆਬਾਦੀ ਦੇ ਵਿੱਚ ਆ ਕੇ ਚਲੋ ਤੁਹਾਨੂੰ ਟੈਕਸੀ ਵੀ, ਮੇਰੇ ਹਿਸਾਬ ਨਾਲ ਛੋਟਾ ਸ਼ਹਿਰ ਸੀ ਟੈਕਸੀ 'ਚ ਵੀ ਉਨੇ ਪੈਸੇ ਨਹੀਂ ਹੋਣੇ, ਤੇ ਕਿਤੇ ਨਾ ਕਿਤੇ ਜਿੰਨੇ ਸਿਟੀ 'ਚ ਤਾਂ ਕਿਤੇ ਗੱਲ ਹੋਰ ਹੁੰਦੀ ਆ, ਪਰ ਫਿਰ ਵੀ ਚਲੋ ਤੁਸੀਂ 2012 ਤੱਕ ਤੁਹਾਡੇ ਪੈਰ ਲਾ ਗਏ ਆ। ਪੋਲਿਟਿਕਸ, ਹੁਣ ਜੇ ਪੋਲਿਟਿਕਸ ਦੀ ਆਪਾਂ ਗੱਲ ਕਰੀਏ, ਕੀ ਪਿਛੋਕੜ 'ਚ ਕਿਤੇ ਪੋਲਿਟਿਕਸ ਸੀ ਉਹ? ਕਿਉਂਕਿ ਕਈ ਵਾਰੀ ਜਿੰਨਾ 'ਚ ਕੋਈ ਖੂਨ 'ਚ ਪੰਚੀ ਸਰਪੰਚੀ ਨਾ ਹੋਵੇ ਤੇ ਗਾਂਹ ਵੀ ਨਹੀਂ ਬੰਦਾ ਪੰਗਾ ਲੈਂਦਾ। ਨਹੀਂ ਇਹ ਬਿਲਕੁਲ ਇਹ ਸਵਾਲ ਤਕਰੀਬਨ ਤੇ ਤਕਰੀਬਨ ਸਾਰੇ ਲੋਕ ਕਰਦੇ ਆ। ਜੇ ਮੈਂ ਤੁਹਾਨੂੰ ਸੱਚ ਦੱਸਾਂ ਕਿ ਸਾਡੇ ਬਾਪ ਦਾਦਾ ਜੀ ਪੜਦਾਦਾ ਜੀ ਦੂਰ ਦੂਰ ਤੱਕ ਸਾਡਾ ਪੋਲੀਟਿਕਸ ਨਾਲ ਕੋਈ ਲੈਣਾ ਦੇਣਾ ਨਹੀਂ, ਤੇ ਇੱਥੇ ਵਾਲੀ ਵੀ ਪੋਲੀਟਿਕਸ ਦੇ ਵਿੱਚ ਆਉਣ ਦਾ ਕਦੇ ਵੀ ਕੋਈ ਸੁਪਨਾ ਨਹੀਂ ਸੀ ਜਾਂ ਕੋਈ ਟਾਰਗੇਟ ਨਹੀਂ ਸੀ, ਸਿਰਫ ਤੇ ਇੱਕ ਮਨ ਦੇ ਵਿੱਚ ਸੀਗਾ ਕਿ ਕਮਿਊਨਿਟੀ ਨੂੰ ਨਾਲ ਲੈ ਕੇ ਚੱਲਣਾ, ਲੋਕਾਂ ਦੀ ਕੁਝ ਸੇਵਾ ਕਰਨੀ ਆ, ਜਿਹੜੀਆਂ ਔਕੜਾਂ ਸਾਨੂੰ ਦੇਖਣ ਨੂੰ ਮਿਲੀਆਂ ਇੱਥੇ ਆ ਕੇ ਉਹ ਨਵਿਆਂ ਨੂੰ ਨਹੀਂ ਦੇਖਣ ਦੇਣੀਆਂ। ਉਹ ਕਰਦੇ ਕਰਦੇ ਇੱਕ ਮਾਹੌਲ ਇੱਦਾਂ ਦਾ ਪੈਦਾ ਹੋ ਗਿਆ ਕਿ ਇੱਕ ਬੜੀ ਖੁਸ਼ੀ ਦੀ ਗੱਲ ਸੀ ਜਦੋਂ 2015-16 ਦੇ ਵਿੱਚ ਆਪਣੀ ਕਮਿਊਨਿਟੀ ਨੇ ਕੁਛ ਗੋਰਿਆਂ ਨੇ ਇਕੱਠੇ ਹੋ ਕੇ ਕਿਹਾ ਵੀ ਸਨੀ ਤੂੰ ਇਲੈਕਸ਼ਨ ਲੜਨੀ ਹੈ। ਉਹ ਇੱਕ ਬਹੁਤ ਪੋਜ਼ਿਟਿਵ ਚੀਜ਼ ਸੀਗੀ ਮੇਰੇ ਲਈ, ਖੁਸ਼ੀ ਦੀ ਚੀਜ਼ ਸੀਗੀ, ਤੇ ਉਹ ਤੁਹਾਨੂੰ ਜਿੱਦਾਂ ਮੈਂ ਪਹਿਲਾਂ ਵੀ ਆਪਣੀ ਗੱਲ ਚੱਲ ਰਹੀ ਸੀ ਕਿ ਸੇਵਾ ਕਰਦੇ ਰਹੇ, ਇਹ ਬਾਕੀ ਚੀਜ਼ਾਂ ਆਪੇ ਹੀ ਆ ਗਈਆਂ ਆਪਣੇ ਕੋਲ। ਸੋ ਫਿਰ ਇਲੈਕਸ਼ਨ 18 ਚ ਹੋਈ ਸੀ ਪਿਛਲੇ? 18 ਚ ਜੀ, 18 ਚ ਹੋਈ ਸੀ। ਤੁਸੀਂ ਇਲੈਕਸ਼ਨਾਂ ਚ ਕੌਂਸਲਰ ਦੇ ਤੌਰ ਦੇ ਉੱਤੇ ਇੱਥੇ, ਪਹਿਲਾਂ ਤਾਂ ਇਹ ਕੌਂਸਲ ਕਿੱਡੀ ਕਾ, ਕਿੰਨੇ ਕੁ ਕੌਂਸਲਰ ਹੁੰਦੇ ਆ ਜਾਂ ਕੀ ਸਿਸਟਮ? 9 ਕੌਂਸਲਰ ਹੁੰਦੇ ਆ ਜੀ, ਪੂਰਾ ਪੋਰਟ ਅਗਸਤਾ ਜਿਹੜਾ ਉਹ ਇੱਕ ਵਾਰਡ ਆ, 9 ਕੌਂਸਲਰ ਨੇ ਤੇ 1/10 ਮੇਅਰ ਹੁੰਦਾ ਜੀ ਸਾਡਾ। ਠੀਕ ਆ, 9 ਤੋਂ ਬਾਅਦ 10 ਮੇਅਰ ਹੁੰਦੇ। ਹਾਂਜੀ ਹਾਂਜੀ। ਤੇ ਇਹ 9 ਕੌਂਸਲਰਾਂ ਦੇ ਵਿੱਚ ਤੁਸੀਂ ਇੱਕ ਪਹਿਲੇ ਪੰਜਾਬੀ ਕੌਂਸਲਰ ਬਣੇ, ਇਦੋਂ ਪਿੱਛੇ ਹਿਸਟਰੀ ਤੁਸੀਂ ਜੋ ਦੇਖੀ ਕੌਂਸਲ ਦੀ, ਕਿਤੇ ਕੋਈ ਇੰਡੀਅਨ ਹੀ ਬਣਿਆ ਹੋਵੇ ਇੱਥੇ? ਨਹੀਂ, ਪੋਰਟ ਅਗਸਤਾ ਦੀ ਤਕਰੀਬਨ 160 ਸਾਲ ਦੀ ਹਿਸਟਰੀ ਹੈ ਜੀ, ਤੇ ਇੱਥੇ ਆਪਣਾ ਕੋਈ ਵੀ ਕਦੇ ਪੰਜਾਬੀ ਜਾਂ ਕੋਈ ਇੰਡੀਅਨ ਕੌਂਸਲ ਦੇ ਵਿੱਚ ਕੌਂਸਲ 'ਚ ਨਹੀਂ ਹੈ। ਹੁਣ ਇਹ ਬੜਾ ਔਖਾ ਹੁੰਦਾ ਕਿ ਅਸੀਂ ਇੱਕ ਚੀਜ਼ ਮੰਨਦੇ ਹੁੰਦੇ ਹਾਂ ਵੀ ਜਦੋਂ ਸਾਡਾ ਗੋਰਿਆਂ 'ਚ ਆਧਾਰ ਨਹੀਂ ਸੀਗਾ, ਜੇ ਹੁਣ ਆਪ ਅਕਸਰ ਸਾਡੇ ਬਹੁਤ ਲੋਕ ਹੁਣ ਐਡਲੇਡ 'ਚ ਵੀ ਬੜੇ ਕੌਂਸਲਰ ਖੜੇ ਹੋਏ ਆ, ਪਰ ਉਹ ਪਹਿਲਾਂ MP MLA ਵੀ ਜਿਹੜੇ ਟਰਾਈ ਕਰਦੇ ਆ, MLC ਟਰਾਈ ਕਰਦੇ ਆ, ਪਰ ਚੱਕਰ ਇਹ ਹੁੰਦਾ ਵੀ ਸਾਡੀ ਗਿਣਤੀ ਉਨੀ ਨਹੀਂ, ਸਾਡੀਆਂ ਜੇ ਗਿਣਤੀ ਹੈ ਤਾਂ ਵੋਟਾਂ ਨਹੀਂ ਹੈਗੀਆਂ, ਹਲੇ PR ਨਹੀਂ ਹੈ, ਤੇ ਜਿਹੜੇ ਗੋਰੇ ਆ ਉਹਨਾਂ 'ਚ ਸਾਡਾ ਆਧਾਰ ਨਹੀਂ। ਤੁਸੀਂ ਜਦੋਂ ਖੜੇ ਹੋਏ ਹੋ ਉਦੋਂ ਤੁਸੀਂ ਕੀ ਚੀਜ਼ ਲੈ ਕੇ ਚੱਲੇ, ਕਿੰਨੇ ਕੁ ਉਦੋਂ ਪੰਜਾਬੀ ਸੀ ਜਾਂ ਕਿਸ ਆਸ ਨਾਲ ਭਰੇ ਸੀ ਪੇਪਰ? ਹਾਂਜੀ, ਮੈਨੂੰ ਉਦੋਂ ਕਾਫੀ ਜਿਹੜੇ ਤਾਂ ਲੋਕ ਇੱਥੇ ਸੀਗੇ ਪੋਰਟ ਅਗਸਤਾ ਦੇ ਵਸਨੀਕ, ਉਹ ਤਾਂ ਜਾਣੂ ਸੀਗੇ ਗਰਾਊਂਡ ਲੈਵਲ ਤੋਂ, ਬਟ ਆਊਟਸਾਈਡ ਤੋਂ ਮੈਨੂੰ ਕਾਫੀ ਲੋਕਾਂ ਨੇ, ਕਈਆਂ ਨੇ ਡਿਸਕਰੇਜ ਕੀਤਾ ਸੀਗਾ ਕਿ ਉੱਥੇ ਪੰਜਾਬੀ ਕਮਿਊਨਿਟੀ ਹੈ ਨਹੀਂ ਗੀ ਤੇ ਤੂੰ ਜਿੱਤ ਨਹੀਂ ਸਕੇਗਾ, ਬਟ ਜਿਹੜੇ ਰਿਜ਼ਲਟ ਸੀਗੇ ਨਤੀਜੇ ਸੀਗੇ ਉਹ ਬਹੁਤ ਹੀ ਸ਼ੌਕਿੰਗ ਸੀਗੇ ਕਈ ਲੋਕਾਂ ਲਈ, ਸਾਡੇ ਲਈ ਨਹੀਂ ਸੀ ਕਿਉਂਕਿ ਅਸੀਂ ਇਹਨਾਂ ਲੋਕਾਂ 'ਚ ਵਿਚਰਦੇ ਹਾਂ,
ਤੇ ਤਕਰੀਬਨ ਆਪਣੀਆਂ 15 ਜਾਂ 20 ਵੋਟਾਂ ਸੀਗੀਆਂ ਜੀ ਪੰਜਾਬੀਆਂ ਦੀਆਂ, ਤੇ ਬਾਕੀ ਆਪਾਂ ਨੂੰ ਟੋਟਲ 800 ਦੇ ਕਰੀਬ ਵੋਟ ਪਈਆਂ ਸੀ, ਸਾਰੀਆਂ ਵੋਟਾਂ ਗੋਰਿਆਂ ਦੀਆਂ ਸੀਗੀਆਂ ਜੀ। ਤੇ ਗੋਰਿਆਂ ਨੂੰ ਹੀ ਆਪਾਂ ਟਾਰਗੇਟ ਕਰਕੇ ਚੱਲੇ ਸੀ, ਆਪਣਾ ਪਹਿਲੇ ਦਿਨ ਤੋਂ ਟਾਰਗੇਟ ਹੀ ਉਹ ਸੀਗਾ ਕਿ ਕਮਿਊਨਿਟੀ ਨੂੰ ਨਾਲ ਲੈ ਕੇ ਚੱਲਣਾ ਆ, ਕਿਉਂਕਿ ਆਪਾਂ ਨੂੰ ਰਾਜਨੀਤੀ ਦੇ ਵਿੱਚ ਇੱਥੇ ਜਾਣ ਲਈ ਇਹਨਾਂ ਦੀ ਸਪੋਰਟ ਬਹੁਤ ਜ਼ਰੂਰੀ ਆ। ਹਜੇ ਆਪਣਾ ਇੰਨਾ ਉਹ ਬਣਿਆ ਨਹੀਂ, ਜ਼ਿਆਦਾਤਰ ਲੋਕ ਹਜੇ ਸਿਟੀਜਨ ਨਹੀਂ ਹੈਗੇ ਜਿਹੜੇ ਵੋਟ ਕਰ ਸਕਦੇ ਆ, ਤੇ ਤਾਂ ਇਹਨਾਂ ਲੋਕਾਂ ਨੂੰ ਨਾਲ ਲੈ ਕੇ ਚੱਲਣਾ ਬਹੁਤ ਹੀ ਜ਼ਰੂਰੀ ਆ ਆਪਣੇ ਲਈ। ਤੁਸੀਂ ਇਲੈਕਸ਼ਨਾਂ 'ਚ ਖੜੇ ਹੋ ਗਏ, ਪੰਜਾਬੀਆਂ ਦੀ ਸਪੋਰਟ ਨਹੀਂ ਸੀਗੀ, ਹੈ ਜਦੋਂ ਵੋਟ ਹੀ ਹੈ ਨਹੀਂ, ਸਪੋਰਟ ਤਾਂ ਫਿਰ ਕਿੱਥੇ ਰਹਿ ਗਈ, ਤਾਂ ਉਦੋਂ ਬਾਅਦ ਆਧਾਰ ਗੋਰੇ ਸੀ, ਤੇ ਪਰ ਉਸੇ ਟਾਈਮ ਤੇ ਹਾਦਸਾ ਵਾਪਰਦਾ ਤੁਹਾਡੇ ਨਾਲ, ਉਹ ਥੋੜਾ ਜਿਹਾ ਆਪਾਂ ਜ਼ਰੂਰ ਸ਼ੇਅਰ ਕਰਾਂਗੇ ਤਾਂ ਕਿ ਲੋਕਾਂ ਦੀ ਯਾਦ 'ਚ ਵੀ ਰਿਫਰੈਸ਼ ਹੋ ਜੇ ਕੀ ਤੁਹਾਡੇ ਹੋਲਡਿੰਗ ਲੱਗਿਆ ਸੀ, ਕੀ ਹੋਇਆ ਸੀ ਅਸਲ 'ਚ, ਉਹਦੇ ਪਿੱਛੇ ਕੀ ਸੀ। ਉਹ ਇੱਕ ਹਾਦਸਾ ਇਸ ਹਿਸਾਬ ਨਾਲ ਸੀਗਾ ਜੀ, ਉਹ ਇੱਕ ਉਦੋਂ ਸੋਸ਼ਲ ਮੀਡੀਆ ਲਾ ਲਓ ਜਾਂ ਦੂਸਰਾ ਮੀਡੀਆ ਲਾ ਲਓ, ਉਹ ਇੱਕ ਕਿਸੇ ਗੋਰੇ ਨੇ ਸ਼ਰਾਰਤ ਕੀਤੀ ਸੀ, ਉਹਨੇ ਮੇਰਾ ਪੋਸਟਰ ਲੈ ਕੇ ਆਪਣੇ ਕਿਸੇ ਦੋਸਤ ਨੂੰ ਉਹਦੀ ਫਨੀ ਵੀਡੀਓ ਬਣਾ ਕੇ ਭੇਜੀ ਸੀ, ਕਿਹੜੀ ਕਿ ਕਾਫੀ ਅਗਰੈਸਿਵ ਤਰੀਕੇ ਨਾਲ ਉਹਨੇ ਬਣਾਈ ਸੀ ਕਿ ਇਹ ਲੋਕ ਇੱਥੇ ਆ ਜਾਂਦੇ ਆ ਜਾਂ ਕੁਛ ਵੀ ਆ, ਤੁਹਾਡੇ ਦਿੱਖ ਕਰਕੇ, ਮੇਰੀ ਦਿੱਖ ਕਰਕੇ, ਦਸਤਾਰ ਕਰਕੇ। ਤੇ ਉਹਦੇ ਦੋਸਤ ਨੇ ਉਹ ਅੱਗੋਂ ਜਿਹੜੀ ਵੀਡੀਓ ਸੀ ਉਹ ਲੀਕ ਕਰਤੀ ਲਾ ਲਓ ਜਾਂ ਅੱਗੇ ਸੋਸ਼ਲ ਮੀਡੀਆ ਤੇ, ਉਹ ਰਾਤੋਂ ਰਾਤ ਕਾਫੀ ਵਾਇਰਲ ਹੋ ਗਈ ਸੀ। ਤੇ ਉਸ ਟਾਈਮ ਜਿਹੜੇ ਪੋਰਟਗਾਸਤਾ ਦੇ ਲੋਕ ਸੀਗੇ ਇੱਥੇ ਦੇ ਓਰੀਜਨਲ ਲੋਕ ਲਾ ਲਓ, ਅੰਗਰੇਜ਼ ਕਹਿ ਦਿੰਦੇ ਆ ਜਿਹਨਾਂ ਨੂੰ ਆਪਾਂ ਆਸਟ੍ਰੇਲੀਅਨ ਗੋਰੇ ਲਾ ਲਓ, ਉਹ ਕਾਫੀ ਇਸ ਚੀਜ਼ ਨੂੰ ਲੈ ਕੇ ਪਰੇਸ਼ਾਨ ਸੀ ਕਿ ਸਾਡੇ ਟਾਊਨ ਦੀ ਇੱਕ ਬਦਨਾਮੀ ਹੋਣੀ ਆ, ਸਾਡਾ ਟਾਊਨ ਹੁਣ ਇੱਕ ਰੇਸਿਸਟ ਟਾਊਨ ਵੱਜੂਗਾ। ਬਟ ਆਪਾਂ ਉਹ ਹਾਦਸੇ ਦੇ ਵਿੱਚ ਇਸ ਚੀਜ਼ ਦਾ ਖਾਸ ਖਿਆਲ ਰੱਖਿਆ ਕਿ ਕਿਸੇ ਵੀ ਇੰਟਰਵਿਊ 'ਚ ਕਿਸੇ ਵੀ ਅਖਬਾਰ ਵਾਲੇ ਨੂੰ ਇਹ ਵਰਡ ਆਪਾਂ ਯੂਜ਼ ਨਹੀਂ ਕੀਤਾ, ਕਿਉਂਕਿ ਇੱਥੇ ਦੇ ਪਰਟੀਕੁਲਰ ਗੋਰਿਆਂ ਨੇ ਤਾਂ ਆਪਣੀ ਦਿਲੋਂ ਸਪੋਰਟ ਕੀਤੀ ਆ, ਸ਼ੁਰੂ ਤੋਂ ਕਰਦੇ ਰਹੇ ਆ, ਆਪਾਂ ਉਸ ਟਾਈਮ 10 ਸਾਲ ਹੋ ਗਏ ਸੀ ਇੱਥੇ ਰਹਿੰਦਿਆਂ ਨੂੰ, ਬਿਲਕੁਲ ਕਾਫੀ ਉਹਨਾਂ ਨੇ ਹੈਲਪ ਵੀ ਕੀਤੀ ਆਪਣੀ। ਸੋ ਇਹ ਤਾਂ ਬਾ ਆਪਾਂ ਲੱਗਣ ਨਹੀਂ ਦਿੱਤਾ ਪੋਡਕਾਸਟਾਂ ਦੇ, ਆਪਾਂ ਹਰੇਕ ਜਗ੍ਹਾ ਇਹੀ ਕਿਹਾ ਕਿ ਇੱਕ ਬੰਦਾ ਮਾੜਾ ਸੀਗਾ, ਜੋ ਕਿ ਹਰੇਕ ਜਗ੍ਹਾ ਹੁੰਦੇ ਆ, ਚੰਗੇ ਵੀ ਹੁੰਦੇ ਆ ਮਾੜੇ ਵੀ ਹੁੰਦੇ ਆ, ਬਟ ਜਿਹੜਾ ਮੇਰਾ ਸ਼ਹਿਰ ਆ ਮੈਂ ਇਸ ਨੂੰ ਬਹੁਤ ਪਿਆਰ ਕਰਦਾ, ਇਹ ਚੰਗਾ ਸ਼ਹਿਰ ਆ, ਇਸ ਸ਼ਹਿਰ ਨੇ ਆਪਾਂ ਨੂੰ ਬਹੁਤ ਕੁਝ ਦਿੱਤਾ। ਸੋ ਉਹ ਚੀਜ਼ ਜਿਹੜੀ ਨੈਗੇਟਿਵ ਸ਼ੁਰੂ ਹੋਈ ਪਰ ਪੋਜ਼ਿਟਿਵ ਆਪਣੇ ਵੱਲ ਆਈ, ਤੇ ਲੋਕਾਂ ਨੇ ਹੋਰ ਵੀ ਪਿਆਰ ਦਿੱਤਾ ਕਿ ਇਹ ਨਵੇਂ ਯੰਗ ਮੁੰਡੇ ਨੇ, ਇਹ ਹਾਲਾਂਕਿ ਇਹ ਬਹੁਤ ਸਾਰੀ ਹਮਦਰਦੀ ਬਟੋਰ ਸਕਦਾ ਸੀ ਕਹਿ ਕੇ ਕਿ ਅਸੀਂ ਇੱਥੇ ਸੇਫ ਨਹੀਂ ਹੈਗੇ ਜਾਂ ਅਸੀਂ, ਉਹ ਇਦਾਂ ਦੀ ਗੱਲ ਆ ਅਕਸਰ ਹੀ ਹੁੰਦਾ, ਬਟ ਆਪਾਂ ਹਮਦਰਦੀ ਨਹੀਂ ਬਟੋਰੀ, ਆਪਾਂ ਸਹੀ ਨੂੰ ਸਹੀ ਗਿਆ, ਗਲਤ ਨੂੰ ਗਲਤ ਗਿਆ। ਸੋ ਉਸ ਕਰਕੇ ਵੀ ਕਈ ਜਿਹੜੇ ਇੱਥੇ ਦੇ ਲੋਕ ਸੀ ਉਹਨਾਂ ਨੇ ਆਪਾਂ ਨੂੰ ਸਪੋਰਟ ਕੀਤੀ, ਅਸੀਂ ਵੀ ਇਹ ਮਹਿਸੂਸ ਕੀਤਾ ਵੀ ਇਹ ਉਹਨਾਂ ਦਾ ਜਿਹੜਾ ਪੰਤ ਪੈਂਤੜਾ ਸੀਗਾ ਜਾਂ ਜੇ ਕਿਸੇ ਸ਼ਰਾਰਤੀ ਬੰਦਿਆਂ ਦਾ ਪੈਂਤੜਾ, ਉਹ ਚੱਲ ਨਹੀਂ ਸਕਿਆ, ਉਸ ਸਮਾਂ ਦੀ ਆਮ ਲੋਕਾਂ ਨੇ ਬੜਾ ਉਹਨੂੰ ਪੋਜ਼ਿਟਿਵ ਵੇ ਦਾ ਜਵਾਬ ਦਿੱਤਾ ਉਸ ਬੰਦੇ ਦਾ। ਸੋ ਦੋਸਤੋ ਕਈ ਵਾਰੀ ਅਸੀਂ ਦੂਰੋਂ ਬੈਠੇ ਅੰਦਾਜ਼ੇ ਲਾਉਂਦੇ ਰਹਿੰਦੇ ਹਾਂ ਰੇਸਿਜ਼ਮ ਦੀ, ਤਾਂ ਖਾਸ ਕਰਕੇ ਆਸਟ੍ਰੇਲੀਆ ਦੇ ਉੱਤੇ ਨਾ ਇੱਕ ਉਹੀ ਮੋਹਰ ਜੀ ਲਾ ਰੱਖੀ ਆ, ਪਰ ਅਸੀਂ ਤੁਹਾਡੇ ਸਾਹਮਣੇ 15-15 ਸਾਲ ਪੁਰਾਣੇ ਬੰਦੇ ਬੈਠੇ ਹਾਂ ਅਤੇ ਅਸੀਂ ਇਸ ਚੀਜ਼ ਦੀ ਗਵਾਹੀ ਭਰਦੇ ਰਹੇ ਹਾਂ, ਭਰਦੇ ਹਾਂ ਵੀ ਯਾਰ ਇੱਕ ਦੋ ਬੰਦਿਆਂ ਦੀਆਂ ਗਲਤੀਆਂ ਕਾਰਨ ਅਸੀਂ ਸਭ ਨੂੰ ਨਹੀਂ ਬਲੇਮ ਕਰ ਸਕਦੇ ਹੁੰਦੇ, ਅਤੇ ਤੁਹਾਡੇ ਸਾਹਮਣੇ ਆ ਸਨੀ ਹੋਰਾਂ ਨੇ ਬੜਾ ਸੋਹਣਾ ਇਲੈਕਸ਼ਨਾਂ ਦੇ ਵਿੱਚ ਜਿਹੜਾ ਕੀਤਾ, ਤੇ ਮੈਨੂੰ ਲੱਗਦਾ ਤੁਸੀਂ ਰਿਕਾਰਡ ਵੋਟ ਸੀਗੀ ਤੁਹਾਡੀ, ਤੁਹਾਨੂੰ ਮਿਲੀ ਜਿਹੜੀ। ਹਾਂਜੀ ਉਸ ਟਾਈਮ ਉਹ ਰਿਕਾਰਡ ਤੋੜ ਵੋਟ ਸੀਗੀ ਪੋਡਕਾਸਟਾਂ ਦੀ ਹਿਸਟਰੀ 'ਚ, ਕਦੇ ਆਈ ਥਿੰਕ ਜਿੰਨੀ ਕੁ ਮੇਰੀ ਨੌਲੇਜ ਆ ਕਦੇ ਕਿਸੇ ਕਾਉਂਸਲਰ ਨੂੰ ਇੰਨੀਆਂ ਵੋਟਾਂ ਨਹੀਂ ਪਈਆਂ ਜਿੰਨੀਆਂ ਆਪਾਂ ਨੂੰ ਪਈਆਂ ਸੀ ਜੀ, ਤੇ ਉਹ ਇੱਕ ਪ੍ਰੂਫ ਦਿੱਤਾ ਇੱਥੇ ਦੇ ਲੋਕਾਂ ਨੇ, ਤੇ ਬਾਕੀ ਆਪਣੇ ਪੰਜਾਬੀ ਕਮਿਊਨਿਟੀ ਵੀ ਘੱਟ ਜ਼ਰੂਰ ਆ, ਆਪਾਂ ਗਿਣਤੀ 'ਚ ਉਸ ਟਾਈਮ ਘੱਟ ਸੀਗੀ, ਤੇ ਬਟ ਜਿਹੜੀ ਉਹਨਾਂ ਦੀ ਸਪੋਰਟ ਸੀਗੀ ਉਹ ਲੱਖਾਂ ਵਰਗੀ ਸੀਗੀ, 15 ਬੰਦਿਆਂ ਨੇ ਅੱਗੋਂ ਦੀ ਅੱਗੋਂ ਆਪਣੇ ਜਿਹੜੇ ਉਹਨਾਂ ਨਾਲ ਲੋਕ ਕੰਮ ਕਰਦੇ ਸੀ, ਇੱਕ ਚੀਜ਼ ਅਸੀਂ ਮਿੱਥੀ ਹੋਈ ਸੀ ਕਿ ਅਸੀਂ ਇਹ ਬੰਦੇ ਨੂੰ ਅੱਗੇ ਲੈ ਕੇ ਜਾਣਾ, ਚੇਨ ਬਣ ਗਈ। ਸੋ ਸਨੀ ਤੁਹਾਨੂੰ ਕੌਂਸਲਰ ਬਣਾਤਾ, ਕੌਂਸਲ ਬਣ ਗਏ, ਕੌਂਸਲਰ ਬਣਨ ਤੋਂ ਬਾਅਦ ਜ਼ਿੰਮੇਵਾਰੀਆਂ ਵੱਧ ਜਾਂਦੀਆਂ, ਬਹੁਤੇ ਲੋਕ ਮੈਂ ਜਾਣਦਾ ਉਹਨਾਂ ਨੂੰ ਇੱਕ ਕਿਸੇ ਚੀਜ਼ ਨੂੰ ਟੱਚ ਕਰਨ ਤੱਕ ਹੀ ਹੁੰਦਾ ਵੀ ਮੇਰਾ ਗੋਲ ਆ ਮੈਂ ਆਹ ਚੀਜ਼ ਨੂੰ ਟੱਚ ਕਰਨਾ, ਤੇ ਟੱਚ ਕਰਨ ਤੋਂ ਬਾਅਦ ਉਹ ਕਿਤੇ ਨਾ ਕਿਤੇ ਉਹਨਾਂ ਦੀ ਜਿਹੜੀ ਕਿਉਰਿਓਸਿਟੀ ਹੁੰਦੀ ਆ ਜਾਂ ਉਹਨਾਂ ਦਾ ਚਾਮ ਹੁੰਦਾ ਜਾਂ ਉਹਨਾਂ ਦੀ ਜਿਹੜੀ ਇੱਕ ਜਜ਼ਬਾ ਹੁੰਦਾ ਠੰਡੇ ਪੈ ਜਾਂਦੇ ਆ, ਤੇ ਉਹ ਠੰਡੇ ਪੈ ਕੇ ਉਹਨਾਂ ਨੂੰ ਲੱਗਦਾ ਬਸ ਆਪਾਂ ਕੌਂਸਲਰ ਬਣਨਾ ਸੀ ਬਣ ਗਏ ਆ, ਹੁਣ ਆਪਾਂ ਕੀ ਲੈਣਾ ਕਿਸੇ ਤੋਂ, ਮੈਨੂੰ ਕੀ ਸ਼ਬਦ ਜਿਵੇਂ ਆਪਾਂ ਕਹਿੰਦੇ ਨੇ ਹੋ ਜਾਂਦਾ। ਕੌਂਸਲਰ ਬਣਨ ਤੋਂ ਬਾਅਦ ਕੀ ਕੀ ਜ਼ਿੰਮੇਵਾਰੀਆਂ ਵਧੀਆਂ, ਤੇ ਕੀ ਕੁਛ ਇਹੋ ਜਿਹੀ ਚੀਜ਼ ਜਿਹੜੀ ਤੁਸੀਂ ਸਾਂਝੀ ਕਰਨੀ ਚਾਹੋਗੇ ਵੀ ਮੈਂ ਭਾਈ ਜੇ ਕੌਂਸਲਰ ਬਣਿਆ ਜਾਂ ਮੈਨੂੰ ਇਹਨਾਂ ਨੇ ਬਣਾਇਆ ਤਾਂ ਮੈਂ ਉਹਦੇ ਲਈ ਆਹ ਕੀਤਾ। ਹਾਂਜੀ ਪਹਿਲੀ ਗੱਲ ਤਾਂ ਇੱਥੇ ਜਦੋਂ ਆਪਾਂ ਕਾਉਂਸਲਰ ਬਣੇ ਆ ਸਿੱਖਣ ਨੂੰ ਬਹੁਤ ਕੁਛ ਮਿਲਿਆ, ਇਹਨਾਂ ਦੇ ਜਿਹੜੇ ਮੀਟਿੰਗ ਪ੍ਰੋਸੀਜਰਸ ਨੇ, ਪਹਿਲਾਂ ਆਪਾਂ ਜਿਹੜਾ ਕੰਪੈਰੀਜ਼ਨ ਕਰਦੇ ਹਾਂ ਆਪਾਂ ਪੰਜਾਬੀ ਹੋਣ ਦੇ ਨਾਤੇ, ਇੰਡੀਅਨ ਹੋਣ ਦੇ ਨਾਤੇ, ਆਪਾਂ ਆਲਵੇਜ਼ ਕੰਪੈਰੀਜ਼ਨ ਕਰਦੇ ਹਾਂ ਕਿ ਆਪਣੀ ਰਾਜਨੀਤੀ ਕੀ ਆ, ਇਹਨਾਂ ਦੀ ਰਾਜਨੀਤੀ ਕੀ ਆ। ਪਹਿਲਾਂ ਤਕਰੀਬਨ ਕੋਈ ਟ੍ਰੇਨਿੰਗਸ, ਇਹਨਾਂ ਦੇ ਰੂਲਸ ਐਂਡ ਰੈਗੂਲੇਸ਼ਨ, ਪੋਲਿਸੀਆਂ, ਉਹ ਸਿੱਖਣ ਨੂੰ ਮੈਨੂੰ ਫੋਰ ਬੀਇੰਗ ਆਊਟਸਾਈਡਰ ਲਾ ਲਓ ਕੋਈ ਬਾਹਰਲਾ ਬੰਦਾ ਹੋਣ ਦੇ, ਮੈਨੂੰ ਬਹੁਤ ਟਾਈਮ ਲੱਗਿਆ ਉਹ ਚੀਜ਼ਾਂ ਸਿੱਖਣ ਨੂੰ, ਜੇ ਬਾਕੀਆਂ ਨੂੰ 6 ਮਹੀਨੇ ਲੱਗੇ ਤਾਂ ਮੈਨੂੰ ਤਕਰੀਬਨ 1 ਸਾਲ ਲੱਗਿਆ ਉਹ ਚੀਜ਼ਾਂ ਸਿੱਖਣ ਨੂੰ। ਤੇ ਉਸ ਤੋਂ ਬਾਅਦ ਕਈ ਜਿਹੜੇ ਟਾਰਗੇਟਸ ਨੇ ਉਹ ਅਚੀਵ ਕੀਤੇ, ਕਿਉਂਕਿ ਇੱਥੇ ਇੱਕ ਤੁਹਾਨੂੰ ਐਜ਼ ਅ ਬੋਡੀ ਕਈ ਡਿਸੀਜਨਸ ਲੈਣੇ ਪੈਂਦੇ ਆ, ਤੁਸੀਂ ਇਕੱਲੇ ਡਿਸੀਜਨ ਨਹੀਂ ਲੈ ਸਕਦੇ, ਤੇ
ਉਦਾਂ ਦੇ ਕਈ ਜਿਹੜੇ ਅਸੀਂ ਸਪੋਰਟਿੰਗ ਕੰਪਲੈਕਸ ਦੇ ਵਿੱਚ ਟਰਫ ਲਵਾਈ ਆ ਇੱਥੇ ਜਿਹੜੀ ਐਡੀਲੇਡ ਵਾਲੇ ਤੁਹਾਡੇ ਸਪੋਰਟਿੰਗ ਕੰਪਲੈਕਸ ਦੇ ਵਿੱਚ ਓਵਲ ਦੇ ਵਿੱਚ ਟਰਫ ਲੱਗੀ ਆ ਉਹੀ ਸੇਮ ਟਰਫ ਸਾਡੇ ਇੱਥੇ ਬੱਚੇ ਜਿੱਥੇ ਫੁੱਟੀ ਖੇਡਦੇ ਉੱਥੇ ਲੱਗੀ ਹੋਈ ਆ ਅਤੇ ਹੋਰ ਕਈ ਚੀਜ਼ਾਂ ਜਿਹੜਾ ਅਸੀਂ ਫਾਈਨੈਂਸ਼ੀਅਲ ਸਪੋਰਟ ਲਈ ਆਪਣੇ ਉਹਦੇ ਲਈ ਸਟ੍ਰੈਟੈਜਿਕ ਪਲੈਨ ਬਣਾਏ ਜਿਹੜੇ ਅੱਗੇ ਕਿ ਅਸੀਂ ਆਉਣ ਵਾਲੇ 10 ਸਾਲ ਕੀ ਕਰਨਾ ਆ ਉਹ ਇੱਕ ਪ੍ਰੋਪਰ ਪਲੈਨ ਅਸੀਂ ਇਹ ਜਿਹੜੀ 40ਵੀਂ ਕੌਂਸਲ ਸੀਗੀ ਪੋਟਕਾਸਟਾਂ ਦੀ ਉਹਨੇ ਬਣਾਇਆ ਕਿ ਆਉਣ ਵਾਲੇ 10 ਸਾਲ ਦੇ ਵਿੱਚ ਅਸੀਂ ਹੋਰ ਫਾਈਨੈਂਸ਼ੀਅਲੀ ਕਿੱਦਾਂ ਸਟੇਬਲ ਰਹਿਣਾ ਹੈ ਜਾਂ ਸਟਰੋਂਗ ਹੋਣਾ ਹੈ ਰੇਟਸ ਆ ਜਿਹੜੇ ਉਹਨਾਂ ਨੂੰ ਘੱਟ ਕਰਨ ਲਈ ਅਤੇ ਹੋਰ ਵੀ ਇੱਦਾਂ ਦੀਆਂ ਕਈ ਚੀਜ਼ਾਂ ਜਿਹੜੀਆਂ ਐਜ਼ ਅ ਪਲੈਨ ਚੱਲਦੀਆਂ ਪਈਆਂ ਨੇ ਕਾਫੀ ਤਰੀਕੇ ਨਾਲ ਅਤੇ ਵਿੱਚ ਦੀ ਸਾਨੂੰ ਇੱਕ ਇੱਕ ਨੈਗੇਟਿਵ ਚੀਜ਼ ਆਈ ਸਾਡੇ ਟਾਊਨ ਦੇ ਵਿੱਚ ਕਿ ਸਾਨੂੰ ਇੱਕ ਬਹੁਤ ਕਈ ਲੋਕ ਇੱਥੇ ਆ ਕੇ ਐਂਟੀ ਸੋਸ਼ਲ ਬਿਹੇਵੀਅਰ ਕਰ ਰਹੇ ਸੀਗੇ ਉਹਦਾ ਸਾਨੂੰ ਸਾਹਮਣਾ ਕਰਨਾ ਪਿਆ ਉਹਦੇ ਅਗੇਂਸਟ ਅਸੀਂ ਬਹੁਤ ਲੋਬਿੰਗ ਕੀਤੀ ਸਟੇਟ ਗੌਰਮੈਂਟ ਨਾਲ ਮੀਟਿੰਗਾਂ ਕੀਤੀਆਂ ਫੈਡਰਲ ਗੌਰਮੈਂਟ ਨਾਲ ਮੀਟਿੰਗਾਂ ਕੀਤੀਆਂ ਉਹ ਫਿਰ ਐਜ਼ ਅ ਟੀਮ ਚੰਗਾ ਕੰਮ ਹੋਇਆ ਜੀ ਤੇ ਹੋਪਫੁਲੀ ਲੋਕੀ ਸਟ੍ਰੇਟ ਵੇ ਨੈਕਸਟ ਇਲੈਕਸ਼ਨ ਦੇ ਵਿੱਚ ਫਿਰ ਦੇਖਣਗੇ ਉਹ ਕੰਮ ਤੇ ਦੁਬਾਰਾ ਵੋਟਿੰਗ ਕਰਨਗੇ ਸੋ ਜਿਹੜਾ ਉਹ ਚਾਹ ਆ ਕਮਿਊਨਿਟੀ ਦੀ ਸੇਵਾ ਕਰਨ ਦਾ ਜਾਂ ਕਮਿਊਨਿਟੀ ਨੂੰ ਅੱਗੇ ਲੈ ਕੇ ਜਾਣ ਦਾ ਉਹ ਹਜੇ ਤੱਕ ਤਾਂ ਖਤਮ ਹੋਇਆ ਨਹੀਂ ਜੀ ਸੋ ਨੈਕਸਟ ਇਲੈਕਸ਼ਨ ਵੀ ਲੜ ਰਹੇ ਹਾਂ ਇਸੇ ਚਾਹ ਦੇ ਨਾਲ ਉਸੇ ਚਾਹ ਦੇ ਨਾਲ ਕਿ ਹੋਰ ਵੀ ਅੱਗੇ ਜਾਵਾਂਗੇ ਤੇ ਹੋਰ ਵੀ ਕੰਮ ਕਰਾਂਗੇ ਪਿਛਲੇ ਸਾਲ ਨਾਲੋਂ ਪਿਛਲੇ ਸਾਲ ਕਿੰਨਾ ਕੁ ਮੁਕਾਬਲਾ ਸੀ ਕਿੰਨੇ ਕੁ ਬੰਦੇ ਸੀ ਐਤਕੀ ਕਿੰਨਾ ਕੁ ਫਰਕ ਪਿਆ ਹੈ ਮੁਕਾਬਲੇ 'ਚ ਫਰਕ ਮੁਕਾਬਲਾ ਐਤਕੀ ਥੋੜ੍ਹਾ ਜਿਹਾ ਸੌਖਾ ਹੋਇਆ ਜੀ ਸੌਖਾ ਨਵੇਂ ਬੰਦਿਆਂ ਲਈ ਜ਼ਿਆਦਾ ਹੋਇਆ ਬਿਕੋਜ਼ ਪਿਛਲੀ ਵਾਰੀ ਟੋਟਲ ਆਪਣੇ ਸੀਗੇ ਤਕਰੀਬਨ 24-23 ਜਾਂ 24 ਕੈਂਡੀਡੇਟ ਸੀਗੇ ਤੇ ਐਤਕੀ ਸਿਰਫ 13 ਹੀ ਕੈਂਡੀਡੇਟ ਨੇ ਤੇ 13 ਚੋਂ 9 ਚੁਣੇ ਜਾਣੇ ਆ ਮੇਰੇ ਵਰਗੇ ਬੰਦਿਆਂ ਲਈ ਜਿਹਨਾਂ ਨੇ ਰੀਇਲੈਕਟ ਹੋਣਾ ਆ ਉਹਨਾਂ ਲਈ ਮੁਕਾਬਲਾ ਥੋੜ੍ਹਾ ਜਿਹਾ ਔਖਾ ਹੋਊਗਾ ਔਖਾ ਤਾਂ ਹੋਊਗਾ ਕਿਉਂਕਿ ਜਦੋਂ ਤੁਸੀਂ ਆਲਰੇਡੀ ਇੱਕ ਲਾਈਨ ਦੇ ਵਿੱਚ ਆ ਤੁਸੀਂ ਕਈ ਇਹੋ ਜਿਹੇ ਫੈਸਲੇ ਲਏ ਹੁੰਦੇ ਜਿਹਨਾਂ ਨੂੰ ਤੁਸੀਂ 100% ਆਵਾਮ ਨੂੰ ਕੁਛ ਨਹੀਂ ਕਰ ਸਕਦੇ ਤੇ ਕਈ ਮੈਂ ਵੀ ਇੱਦਾਂ ਦੇ ਡਿਸੀਜਨ ਲਏ ਹੋਣਗੇ ਜਿਹਨਾਂ ਨਾਲ ਯੂਥ ਮੇਰੇ ਨਾਲ ਆ ਬਜ਼ੁਰਗ ਮੇਰੇ ਤੋਂ ਅਗੇਂਸਟ ਹੋਏ ਕਈ ਡਿਸੀਜਨਾਂ ਤੇ ਬਜ਼ੁਰਗ ਮੇਰੇ ਨਾਲ ਆਏ ਯੂਥ ਮੇਰੇ ਤੋਂ ਅਗੇਂਸਟ ਹੋਇਆ ਸੋ ਥੋੜ੍ਹਾ ਜਿਹਾ ਮੇਰੇ ਲਈ ਔਖਾ ਹੋਊਗਾ ਤੇ ਬਾਕੀ ਆਪਾਂ ਦੇਖਦੇ ਹਾਂ ਜੀ ਵਾਹਿਗੁਰੂ ਦੀ ਕਿਰਪਾ ਨਾਲ ਸੋ ਇਹ ਤਾਂ ਐਂਟੀ ਪਾਵਰ ਦੇ ਜਿਹੜਾ ਫੈਕਟਰ ਹੁੰਦਾ ਉਹ ਤਾਂ ਸਾਰੇ ਕਿਤੇ ਹੁੰਦਾ ਉਹ ਤਾਂ ਚੱਲਦਾ ਹੈਗਾ ਚਲੋ ਇਹ ਤਾਂ ਆਪਾਂ ਹੋਈਆਂ ਇੱਦਾਂ ਦੀ ਗੋਰਿਆਂ ਦੇ ਕਲਚਰ 'ਚ ਰਹਿ ਕੇ ਗੋਰਿਆਂ ਦੀਆਂ ਗੱਲਾਂ ਵੀ ਆਪਾਂ ਕਰਨੀਆਂ ਪੈਂਦੀਆਂ ਇਹਨਾਂ ਦੀ ਸਿਆਸਤ ਵੀ ਲੜਨੀ ਪੈਂਦੀ ਆ ਉਹ ਕੀਤੀਆਂ ਵੀ ਆਪਾਂ ਅਤੇ ਕਾਮਯਾਬੀ ਵੀ ਹਾਸਲ ਕੀਤੀ ਹੁਣ ਪੰਜਾਬੀ ਕਮਿਊਨਿਟੀ ਦਾ ਇੱਥੇ ਕੀ ਹਾਲ ਆ ਕਿੰਨੀ ਕੁ ਹੋ ਗਈ ਹਾਂਜੀ ਪੰਜਾਬੀ ਕਮਿਊਨਿਟੀ ਇੱਥੇ ਹੁਣ ਰੀਜਨਲੀ ਜਿਹੜੇ ਰੀਸੈਂਟਲੀ ਜਿਹੜੇ ਆਪਣੇ ਰੀਜਨਲ ਆਊਟਰ ਰੀਜਨਲ ਦੇ ਜਿਹੜੇ ਰੂਲਸ ਨਵੇਂ ਆਏ ਨੇ ਉਸ ਤੋਂ ਬਾਅਦ ਕਾਫੀ ਪੰਜਾਬੀ ਕਮਿਊਨਿਟੀ ਇੱਥੇ ਮੂਵ ਹੋਈ ਜੀ ਈਵਨ ਇਕੱਲੀ ਪੰਜਾਬੀ ਨੇ ਆਪਣੀ ਏਸ਼ੀਅਨ ਕਮਿਊਨਿਟੀ ਕਾਫੀ ਮੂਵ ਹੋਈ ਆ ਇੱਥੇ ਤੇ ਰੀਸੈਂਟਲੀ ਜਿਹੜੇ ਇਮੀਗ੍ਰੇਸ਼ਨ ਦੇ ਆਪਣੇ ਗ੍ਰਾਫ ਆਏ ਆ ਪੋਰਟਗਾਸ ਦਾ ਆਸਟ੍ਰੇਲੀਆ ਦੇ ਵਿੱਚ ਨੰਬਰ 1 ਤੇ ਸੀਗਾ ਜਿਹਦੇ ਵਿੱਚ ਮਾਈਗ੍ਰੈਂਟਸ ਮੂਵ ਹੋਏ ਵੱਡੇ ਸ਼ਹਿਰਾਂ ਤੋਂ 54% ਮਾਈਗ੍ਰੈਂਟ ਇਕੱਲੇ ਪੋਰਟਗਾਸਤਾ 'ਚ ਮੂਵ ਹੋਏ ਜਿਹੜੀ ਸਾਡੇ ਲਈ ਬਹੁਤ ਮਾਣ ਦੀ ਗੱਲ ਆ ਕਿਉਂਕਿ ਸਾਡਾ ਗੁਰਦੁਆਰਾ ਸਾਹਿਬ ਗੁਰੂ ਘਰ ਇੱਥੇ ਹੈਗਾ ਆ ਤੇ ਲੋਕਾਂ ਨੂੰ ਜਦੋਂ ਮੌਕਾ ਮਿਲਦਾ ਤੇ ਉਹ ਆਲੇ ਦੁਆਲੇ ਵਾਲੇ ਸ਼ਹਿਰਾਂ ਚੋਂ ਪੋਰਟਗਾਸਤਾ ਚੁਣਦੇ ਆ ਬਿਕੋਜ਼ ਇੱਥੇ ਗੁਰਦੁਆਰਾ ਸਾਹਿਬ ਆ ਤੇ ਇਹ ਸਾਡੇ ਲਈ ਬਹੁਤ ਮਾਣ ਵਾਲੀ ਗੱਲ ਆ ਕਿ ਜ਼ਿਆਦਾ ਲੋਕ ਪੋਰਟਗਾਸਤਾ ਨੂੰ ਚੁਣਦੇ ਆ ਮੂਵ ਹੋਣ ਲਈ ਤੇ ਇੱਥੇ ਜੇ ਆਪਾਂ ਪੰਜਾਬੀ ਪਰਿਵਾਰ ਕਹੀਏ ਤਾਂ ਆਉਣ ਜਾਣ ਵਾਲੇ ਜ਼ਿਆਦਾ ਪਰਿਵਾਰ ਨੇ ਜਿਹੜੇ ਇੱਥੇ ਆਉਂਦੇ ਆ ਆਪਣਾ ਪੀ ਆਰ ਹੋਏ ਜਾਂ ਲਾਈਫ ਨੂੰ ਸੈਟਲ ਕੀਤਾ ਤੇ ਫਿਰ ਚਲੇ ਗਏ ਤੇ ਜਿਹੜੇ ਪਰਮਾਨੈਂਟ ਰਹਿਣ ਵਾਲੇ ਆ ਉਹ ਆਪਣੇ ਕੋਈ 15-20 ਪਰਿਵਾਰ ਨੇ ਜੀ ਜਿਹੜੇ ਆਉਣੀ ਜਾਣੀ ਵਾਲੇ ਆਪਾਂ ਸਾਰੇ ਮਿਲਾ ਕੇ ਦੇਖੀਏ ਤਾਂ ਤਕਰੀਬਨ 50-60 ਪਰਿਵਾਰ ਇੱਥੇ ਆਪਣੇ ਹੈਗੇ ਹੈਗੇ ਆ ਤੇ ਗੁਰੂ ਘਰ 7 ਦਿਨ ਚੱਲਦਾ ਜਾਂ ਕੋਈ ਦਿਨ ਰੱਖੇ ਹੋਇਆ ਜਾਂ ਕੀ ਸਿਸਟਮ ਗੁਰੂ ਘਰ ਜਿਹੜਾ ਆਪਣਾ ਪਾਠ ਹੁੰਦਾ ਜੋ ਆਪਣਾ ਬੇਸਿਕ ਆ ਸਵੇਰੇ ਪ੍ਰਕਾਸ਼ ਹੋਣਾ ਤੇ ਸ਼ਾਮ ਨੂੰ ਸੁੱਖ ਆਸਨ ਹੋਣਾ ਸੇਵਾ ਉਹ ਐਵਰੀਡੇ ਹੁੰਦੀ ਹੈ ਜੀ ਜਿਹੜੇ ਦੀਵਾਨ ਨੇ ਆਪਣੇ ਉਹ 2 ਦਿਨ ਹੁੰਦੇ ਆ ਜੀ ਸੰਗਤ ਲਈ ਜਿਹੜੇ ਲੰਗਰ ਦੇ ਨਾਲ ਦੀਵਾਨ ਹੁੰਦੇ ਆ ਇੱਕ ਸਾਡਾ ਬੁੱਧਵਾਰ ਦਾ ਦੀਵਾਨ ਹੁੰਦਾ ਜੀ ਇੱਕ ਸਾਡਾ ਐਤਵਾਰ ਦਾ ਦੀਵਾਨ ਹੁੰਦਾ ਜੀ ਜੀ ਦੋ ਸੰਗਤ ਸਾਰੀ ਜੁੜਦੀ ਹੈ ਤੇ ਫਿਰ ਇਕੱਲੇ ਪੋਡਕਾਸਟਾਂ ਤੋਂ ਜਾਂ ਨੇੜੇ ਤੇੜੇ ਹੋਰ ਵੀ ਸੰਗਤ ਆਲੇ ਦੁਆਲੇ ਬਹੁਤ ਲੋਕ ਆਉਂਦੇ ਆ ਜੀ ਪੋਰਟ ਪੀਰੀ ਵਾਇਲਾ ਤੇ ਵੱਡੇ ਪ੍ਰੋਗਰਾਮਾਂ ਤੇ ਪੋਰਟ ਲਿੰਕਨ ਜੋ ਕਿ 300 ਕਿਲੋਮੀਟਰ ਦੂਰ ਆ 350 ਉੱਥੋਂ ਕੌਣ ਆ ਇੱਥੇ 40 ਕਿਲੋਮੀਟਰ ਦੂਰ ਆਲੇ ਦੁਆਲੇ ਵਾਲੇ ਸ਼ਹਿਰਾਂ ਵਾਲੇ ਕਾਫੀ ਲੋਕ ਆਉਂਦੇ ਆ ਜੀ ਤੇ ਹੁਣ ਤੁਸੀਂ ਉੱਥੇ ਵੀ ਵਧੀਆ ਸੇਵਾ ਨਿਭਾ ਰਹੇ ਹੋ ਤੇ ਉੱਥੇ ਜ਼ਿੰਮੇਵਾਰੀ ਲੱਗੀ ਹੋਈ ਹੈ ਤੁਹਾਡੀ ਹਾਂਜੀ ਉੱਥੇ ਵਾਹਿਗੁਰੂ ਨੇ ਜਿਹੜੀ ਜ਼ਿੰਮੇਵਾਰੀ ਲਾਈ ਹੋਈ ਆ ਉਹ ਨਿਭਾ ਰਹੇ ਜੀ ਆਪਾਂ ਕਾਫੀ ਦੇਰ ਤੋਂ ਤੇ ਜਿੰਨਾ ਚਿਰ ਵਾਹਿਗੁਰੂ ਨੇ ਲਿਖੀ ਆ ਨਿਭਾਵਾਂਗੇ ਜੀ ਬਹੁਤ ਵਧੀਆ ਜਾਂਦੇ ਜਾਂਦੇ ਆਪਾਂ ਜਿਹੜੀ ਗੱਲ ਅੱਜ ਦੇ ਯੂਥ ਲਈ ਕਰਨੀ ਆ ਅੱਜ ਦਾ ਯੂਥ ਆ ਜਿਹੜਾ ਉਹ ਸ਼ਹਿਰਾਂ 'ਚ ਸਟੱਕ ਹੋਈ ਜਾਂਦਾ ਸ਼ਹਿਰਾਂ ਨੂੰ ਪਸੰਦ ਕਰਦਾ ਕਹਿੰਦਾ ਵੀ ਅਸੀਂ ਸ਼ਹਿਰਾਂ 'ਚ ਹੀ ਆਉਣਾ ਤੇ ਤੁਸੀਂ ਜਿਵੇਂ ਆਪਾਂ ਦੱਸ ਦਈਏ ਦਰਸ਼ਕਾਂ ਨੂੰ ਐਡਲੇਡ ਤੋਂ 300 ਕਿਲੋਮੀਟਰ ਦੂਰ ਇੱਕ ਪੋਰਟ ਜਿਹੜੀ ਕਿ ਪਹਿਲੀ ਪੋਰਟ ਵੱਜਦੀ ਸੀ ਸਾਊਥ ਆਸਟ੍ਰੇਲੀਆ ਦੀ ਕਹੀਏ ਤਾਂ ਉਸ ਥਾਂ ਦੇ ਉੱਤੇ ਤੁਸੀਂ ਰਹਿ ਰਹੇ ਹੋ ਕਈ ਵਾਰੀ ਲੋਕਾਂ ਨੂੰ ਇਹ ਹੁੰਦਾ ਵੀ ਪਿੰਡਾਂ ਦੇ ਵਿੱਚ ਵੀ ਪਤਾ ਹੀ ਨਹੀਂ ਕਿੰਨਾ ਕੁ ਪਿੰਡ ਜਿਹੜੇ ਹੋਣਗੇ ਉੱਥੇ ਕੋਈ ਸਹੂਲਤਾਂ ਨਹੀਂ ਹੋਣੀਆਂ ਜਾਂ ਉੱਥੇ ਆਹ ਨਹੀਂ ਹੋਣਾ ਹੁਣ ਅਸੀਂ ਤਾਂ ਚਲੋ ਅੱਖੀਂ ਦੇਖਦੇ ਹਾਂ ਰੋਜ਼ ਪਰ ਤੁਸੀਂ ਇਸ ਪਿੰਡ ਦਾ ਥੋੜ੍ਹਾ ਜਿਹਾ ਬਰੀਫ ਦਿਓ ਵੀ ਇੱਥੇ ਕੀ ਕੀ ਚੀਜ਼ਾਂ ਹੈਗੀਆਂ ਇੱਥੇ
ਓਪਰਚੁਨਿਟੀਜ਼ ਕਾਫੀ ਨੇ ਜੀ। ਪਹਿਲਾਂ ਜਿਹੜੀ ਜੋਬ ਓਪਰਚੁਨਿਟੀਜ਼ ਨੇ ਆਪਣੇ ਡਿਸੇਬਿਲਿਟੀ ਸੈਕਟਰ ਦੇ ਵਿੱਚ ਲਾ ਲਓ, ਜਿੱਦਾਂ ਮੈਂ ਸਟਾਰਟ ਕੀਤੀ ਟੈਕਸੀ ਦੇ ਵਿੱਚ ਲਾ ਲਓ, ਬੇਸਿਕ ਚੀਜ਼ਾਂ ਨੇ ਜਿਹੜੇ ਕੋਲਸ, ਵੂਲਵਰਥ ਹੋਸਪਿਟਲ, ਏਜ ਕੇਅਰ ਸੈਂਟਰ, ਸਾਰੇ ਪਾਸੇ ਕਾਫੀ ਜੋਬਸ ਨੇ ਜੀ। ਉਹ ਜੋਬਸ ਓਪਰਚੁਨਿਟੀਆਂ ਨੇ ਜਿਹੜੀਆਂ ਆਪਣੇ ਲੋਕਾਂ ਨੂੰ, ਕਿਉਂਕਿ ਇੱਕ ਚੰਗੀ ਇਮੇਜ ਬਣੀ ਹੋਈ ਹੈ ਪੁਰਾਣੇ ਸ਼ੁਰੂ ਤੋਂ, ਇੱਕ ਆਪਣੇ ਪਰਿਵਾਰ ਇੱਥੇ ਗਰੇਵਾਲ ਪਰਿਵਾਰ ਆ, ਉਹ 50-60 ਸਾਲ ਤੋਂ ਇੱਥੇ ਰਹਿ ਰਹੇ ਨੇ, ਇੱਕ ਚੰਗੀ ਇਮੇਜ ਆਪਣੀ ਕਮਿਊਨਿਟੀ ਦੀ ਬਣੀ ਹੋਈ ਹੈ। ਸੋ ਜੋਬਾਂ ਵਗੈਰਾ ਸਾਰਾ ਕੁਝ ਲੈਣਾ ਥੋੜਾ ਜਿਹਾ ਸੌਖਾ ਆ। ਤੇ ਮੈਂ ਤਾਂ ਆਪਣੇ ਜਿਹੜਾ ਯੂਥ ਹੈ, ਨਵੇਂ ਯੰਗਰ ਜਨਰੇਸ਼ਨ ਆ, ਉਹਨਾਂ ਨੂੰ ਇਹੀ ਕਹੂੰਗਾ ਕਿ ਬਾਹਰ ਨਿਕਲ ਕੇ ਦੇਖੋ, ਆਸਟ੍ਰੇਲੀਆ ਤੇ ਇੰਡੀਆ ਦੇ ਜਿਹੜੇ ਪਿੰਡ ਨੇ ਉਹ ਵੱਖਰੇ ਵੱਖਰੇ ਨੇ, ਇੱਥੇ ਤੁਹਾਨੂੰ ਜਿਹੜੀ ਬੇਸਿਕ ਸਹੂਲਤ ਆ ਉਹ ਹਰੇਕ ਪਿੰਡ ਦੇ ਵਿੱਚ ਮਿਲੂਗੀ। ਤੇ ਇੱਕ ਵਾਰੀ ਬਾਹਰ ਨਿਕਲ ਕੇ ਦੇਖੋ, ਇਹਨਾਂ ਸ਼ਹਿਰਾਂ ਦੇ ਵਿੱਚ ਲਾਈਫ ਬਹੁਤ ਸੌਖੀ ਆ। ਤੁਸੀਂ ਜਿਵੇਂ ਵੱਡੇ ਸ਼ਹਿਰਾਂ ਦੇ ਵਿੱਚ, ਮੈਂ ਤਾਂ ਚਲੋ ਵੱਡੇ ਸ਼ਹਿਰ 'ਚ ਰਿਹਾ ਨਹੀਂ, ਮੇਰਾ ਕੋਈ ਤਜਰਬਾ ਹੈ ਨਹੀਂਗਾ, ਜਿੱਦਾਂ ਲੋਕ ਦੱਸਦੇ ਆ ਕਿ ਉਹ ਇੱਕ ਚੇਨ ਦੇ ਵਿੱਚ ਫਸੇ ਹੋਏ ਆ, ਕਿ ਆਉਣੀ ਜਾਣੀ ਕੰਮ ਤੋਂ ਕੋਈ ਪਰਸਨਲ ਲਾਈਫ ਦੇ ਲਈ ਸਮਾਂ ਨਹੀਂ, ਜਾਂ ਕੋਈ ਹੋਰ ਬੱਚਿਆਂ ਲਈ ਸਮਾਂ ਨਹੀਂ। ਉਹ ਚੀਜ਼ਾਂ ਤੋਂ ਅਸੀਂ ਬਹੁਤ ਪਰੇ ਹਾਂ, ਅਸੀਂ ਆਪਣੇ ਬੱਚਿਆਂ ਨੂੰ ਵੀ ਖੁੱਲ੍ਹਾ ਸਮਾਂ ਦਿੰਦੇ ਹਾਂ, ਅਸੀਂ ਆਪਣੇ ਆਪ ਨੂੰ ਵੀ ਖੁੱਲ੍ਹਾ ਸਮਾਂ ਦਿੰਦੇ ਹਾਂ। ਸੋ ਕਮਾਈ ਵੀ ਵਾਹਿਗੁਰੂ ਦੀ ਕਿਰਪਾ ਨਾਲ ਚੰਗੀ ਕਰਦੇ ਆ ਸਾਰੇ। ਸੋ ਆ ਕੇ ਜ਼ਰੂਰ ਦੇਖੋ ਇੱਕ ਵਾਰ। ਬਿਲਕੁਲ, ਤੁਹਾਡੀ ਜੇ ਜ਼ਿੰਦਗੀ ਸੁਖਾਲੀ ਸੈੱਟ ਹੁੰਦੀ ਆ ਤਾਂ ਜ਼ਰੂਰੀ ਨਹੀਂ ਵੀ ਮੈਲਬਰਨ ਸਿਡਨੀ 'ਚ ਹੀ ਤੁਸੀਂ ਰਹਿਣਾ, ਤੁਸੀਂ ਛੋਟੇ ਸ਼ਹਿਰਾਂ 'ਚ ਰਹਿ ਕੇ ਵੀ ਕਾਮਯਾਬ ਹੋ ਸਕਦੇ ਹੋ, ਜਿਵੇਂ ਕਿ ਇਹ ਤੁਹਾਡੇ ਸਾਹਮਣੇ ਉਦਾਹਰਣ ਤੁਸੀਂ ਦਿੱਤੀ ਆ, ਕਾਮਯਾਬ ਹੋ ਕੇ। ਅਤੇ ਹੋਰ ਬਹੁਤ ਸਾਰੇ ਸੱਜਣ ਮਿੱਤਰ ਆ ਰਹੇ ਆ, ਕਾਮਯਾਬ ਹੋ ਰਹੇ ਆ। ਇੱਕ ਹੋਰ ਸਵਾਲ ਤੁਹਾਨੂੰ ਪੁੱਛਣਗੇ ਜ਼ਰੂਰ ਜਾਂਦੇ ਜਾਂਦੇ, ਉਹ ਵੀ ਦੱਸ ਦਿਓ। ਬੱਚੇ ਜਿਹਨਾਂ ਦੇ ਹੁੰਦੇ ਆ, ਉਹਨਾਂ ਨਾਲ ਪਹਿਲਾਂ ਚਿੰਤਨ ਜਾਂ ਚਿੰਤਾ ਉਹਨਾਂ ਦੀ ਇਹ ਹੁੰਦੀ ਆ ਵੀ ਯਾਰ ਮੈਂ ਪਿੰਡ 'ਚ ਜਾ ਰਿਹਾ ਅਤੇ ਮੇਰੇ ਬੱਚਿਆਂ ਲਈ ਕੋਈ ਸਹੂਲਤ ਹੋਊਗੀ ਉੱਥੇ, ਉੱਥੇ ਬੱਚੇ ਸਕੂਲ ਚੰਗੇ ਹੋਣਗੇ, ਉੱਥੇ ਖੇਡਣ ਦੀਆਂ ਓਪਰਚੁਨਿਟੀਜ਼ ਹੋਣਗੀਆਂ, ਉਹਦੀ ਵੀ ਜ਼ਰੂਰ ਥੋੜ੍ਹਾ ਜਿਹਾ ਐਕਸਪਲੇਨ ਕਰ ਦਿਓ, ਕਿਉਂਕਿ ਤੁਹਾਡੇ ਕੋਲ ਇਕੱਲਾ ਰਹਿਣ ਦਾ ਤਜਰਬਾ ਨਹੀਂ, ਤੁਹਾਡੇ ਕੋਲ ਇਨਸਾਈਡ ਤਜਰਬਾ ਵੀ ਹੈ ਐਜ਼ ਏ ਕੌਂਸਲਰ ਵੀ। ਹਾਂਜੀ, ਐਜ਼ ਫੋਰ ਬੱਚਿਆਂ ਲਈ ਆਪਾਂ ਜੇ ਕਹੀਏ, ਇੱਥੇ ਇੱਕ ਪ੍ਰਾਈਵੇਟ ਸਕੂਲ ਵੀ ਹੈ ਜੀ, 2 ਪ੍ਰਾਈਵੇਟ ਸਕੂਲ ਨੇ ਐਕਚੁਲੀ, ਇੱਕ ਲਾਸਟ ਈਅਰ ਜਿਹੜਾ ਖੁੱਲ੍ਹਿਆ ਆ, ਅਤੇ ਜਿਹੜੇ 2-3 ਸਰਕਾਰੀ ਸਕੂਲ ਨੇ ਉਹ ਵੀ ਕਾਫੀ ਚੰਗੇ ਹੈ ਜੀ। ਅਤੇ ਬੱਚਿਆਂ ਦੀਆਂ ਜਿਹੜੀਆਂ ਐਕਟੀਵਿਟੀਜ਼ ਨੇ ਜਿਹੜੀਆਂ ਨੋਰਮਲੀ ਆਪਾਂ ਨੂੰ ਹਰੇਕ ਜਗ੍ਹਾ ਮਿਲਦੀਆਂ ਨੇ, ਸਵਿਮਿੰਗ, ਫੁੱਟਬਾਲ, ਕ੍ਰਿਕਟ, ਉਹ ਸਾਰੀਆਂ ਤੁਹਾਨੂੰ ਇੱਥੇ ਬੇਸਿਕ ਜਿਹੜੀਆਂ ਉਹ ਮਿਲ ਜਾਣਗੀਆਂ ਜੀ, ਡਾਂਸ ਕਲਾਸਿਸ। ਅਤੇ ਜੇ ਆਪਾਂ ਗੱਲ ਕਰੀਏ ਹਾਇਰ ਐਜੂਕੇਸ਼ਨ ਦੀ, ਹਾਇਰ ਐਜੂਕੇਸ਼ਨ ਲਈ ਬੱਚਿਆਂ ਲਈ ਇੱਥੇ ਜ਼ਿਆਦਾ ਫੈਸਿਲਿਟੀਜ਼ ਨਹੀਂ ਹੈਗੀਆਂ। ਸੋ ਓਬਵੀਅਸਲੀ ਜੇ ਤੁਸੀਂ ਇੱਥੇ ਆਉਂਦੇ ਹੋ ਤਾਂ ਤੁਹਾਨੂੰ ਹਾਇਰ ਐਜੂਕੇਸ਼ਨ ਲਈ ਆਪਣੇ ਬੱਚਿਆਂ ਨੂੰ ਜਾਂ ਤਾਂ ਬਾਹਰ ਭੇਜਣਾ ਪਊਗਾ, ਜਿੱਦਾਂ ਆਪਾਂ ਇੰਡੀਆ ਦੇ ਵਿੱਚ ਓਬਵੀਅਸਲੀ ਆਪਾਂ ਜਾਂਦੇ ਹਾਂ, ਕੋਈ ਚੰਡੀਗੜ੍ਹ ਪੜ੍ਹਨ ਜਾਂਦਾ, ਕੋਈ ਦਿੱਲੀ, ਤਾਂ ਬੱਚਿਆਂ ਨੂੰ ਤੁਹਾਨੂੰ ਬਾਹਰ ਭੇਜਣਾ ਪਊਗਾ। ਹਾਇਰ ਐਜੂਕੇਸ਼ਨ ਲਈ ਨਹੀਂ ਇੰਨੀਆਂ ਜ਼ਿਆਦਾ ਫੈਸਿਲਿਟੀਆਂ ਹੈਗੀਆਂ, ਬਟ ਛੋਟੇ ਬੱਚਿਆਂ ਲਈ ਬੇਸਿਕ ਫੈਸਿਲਿਟੀ ਹਰੇਕ ਤਕਰੀਬਨ ਤੁਹਾਨੂੰ ਮਿਲ ਜੂਗੀ ਜੀ। ਸੋ ਮੈਨੂੰ ਨਹੀਂ ਲੱਗਦਾ ਵੀ ਕਿਸੇ ਕੋਈ ਵੀ ਇੱਦਾਂ ਕਿਸੇ ਗੱਲੋਂ ਘਾਟ ਹੈ ਇੱਥੇ ਪੋਡਕਾਸਟਾਂ 'ਚ, ਅਤੇ ਲਾਈਫ ਬਹੁਤ ਸੋਹਣੀ ਆ, ਪੋਡਕਾਸਟਾਂ ਦੇਖਣ 'ਚ ਬਹੁਤ ਸੋਹਣਾ, ਇੱਕੋ ਥਾਂ ਦੇ ਉੱਤੇ ਤੁਸੀਂ ਪਹਾੜ, ਸਮੁੰਦਰ ਅਤੇ ਕਿੰਨੀਆਂ ਚੀਜ਼ਾਂ ਦੇਖ ਲੈਂਦੇ ਹੋ। ਅਤੇ ਖਾਸ ਤੌਰ 'ਤੇ ਅੱਜ ਬਾਈ ਉਰੇ ਇੱਕ ਸ਼ੋਅ 'ਚ ਦੱਸ ਰਹੇ ਸੀ ਵੀ ਇੱਥੋਂ ਦੀ ਜਿਹੜਾ ਕੁਦਰਤੀ ਸੂਰਜ ਦੀ ਜਿਹੜੀ ਸ਼ਕਤੀ ਆ, ਉਹਦੇ ਨਾਲ ਇੱਥੇ ਆਉਣ ਵਾਲੇ ਦਿਨਾਂ 'ਚ ਬਹੁਤ ਵੱਡੇ ਸੋਲਰ ਦੇ ਅਤੇ ਜਿਹੜੀ ਗ੍ਰੀਨ ਐਨਰਜੀ ਕਹਿ ਸਕਦੇ ਹਾਂ ਉਹਦੇ ਪ੍ਰੋਜੈਕਟ ਵੀ ਲੱਗ ਰਹੇ ਆ, ਉਹ ਪ੍ਰੋਜੈਕਟਾਂ ਨੇ ਵੀ ਕਾਮਯਾਬ ਕਰਨਾ। ਸੋ ਸਨੀ ਬਾਈ, ਅਸੀਂ ਤੁਹਾਡੇ ਲਈ ਦੁਆ ਕਰਦੇ ਹਾਂ ਵੀ ਤੁਸੀਂ ਅਗਲੀ ਵਾਰ ਫਿਰ ਐਜ ਏ ਕੌਂਸਲਰ ਵੀ ਆਓ, ਉਸ ਤੋਂ ਬਾਅਦ ਅਗਲੇ ਸਟੈਪ ਤੁਰੋ। ਜੇ ਤੁਸੀਂ ਜਦੋਂ ਕਹਿੰਦੇ ਨਹੀਂ ਹੁੰਦੇ ਕਿ ਲਾਈਫ ਦੇ ਵਿੱਚ ਮੋੜ ਆਉਂਦੇ ਆ, ਬੱਚਿਆਂ ਦੀ ਜਿਹੜੀ ਜ਼ਿੰਮੇਵਾਰੀਆਂ ਤੋਂ ਫਰਕ ਹੋ ਕੇ ਫਿਰ ਆਪਾਂ ਸਟੇਟ ਅਤੇ ਉਦੋਂ ਬਾਅਦ ਫੈਡਰਲ ਨੂੰ ਵੀ ਜਾਣਾ ਚਾਹਾਂਗੇ, ਕਿਉਂਕਿ ਉਦੋਂ ਤੱਕ ਤਜਰਬਾ ਹੋ ਜੂ, ਕਿਉਂਕਿ ਅਸੀਂ ਚਾਹੁੰਦੇ ਹਾਂ ਵੀ ਕੋਈ ਗ੍ਰਾਸ ਰੂਟ ਵਾਲਾ ਬੰਦਾ ਆਵੇ ਜਿਹੜਾ ਕਿ ਪੈਰਾਸ਼ੂਟ ਵਾਲਾ ਨਾ ਆਵੇ। ਜੇ ਤੁਸੀਂ 8 ਸਾਲ ਇੱਥੇ ਕੌਂਸਲ 'ਚ ਲਾ ਕੇ ਗ੍ਰਾਸ ਰੂਟ ਪੈਦਾ ਕਰਕੇ ਕਿਸਮ ਦੀਆਂ ਜੜ੍ਹਾਂ ਲਾ ਕੇ ਤੁਰੋਗੇ, ਤਾਂ ਤੁਸੀਂ ਮੈਨੂੰ ਲੱਗਦਾ ਸਿਆਸਤ 'ਚ ਅੱਗੋਂ ਦੀ ਸਿਆਸਤ ਵੀ ਸਮਝ ਸਕੋਗੇ। ਸੋ ਸਾਡੀਆਂ ਸ਼ੁਭਕਾਮਨਾਵਾਂ ਤੁਹਾਡੇ ਨਾਲ ਆ ਜੀ, ਅਤੇ ਉਮੀਦ ਕਰਦੇ ਹਾਂ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੀ ਜਿੱਤ ਦਾ ਵੀ ਜਸ਼ਨ ਮਨਾਵਾਂਗੇ। ਸੋ ਫਿਲਹਾਲ ਸਾਡੇ ਚੈਨਲ ਦੇ ਜਿਹੜੇ ਦਰਸ਼ਕ ਆ ਉਹਨਾਂ ਨੂੰ ਕੁਛ ਨਹੀਂ ਆ, ਬੜੀ ਮਿਹਰਬਾਨੀ ਜੀ ਪਹਿਲਾਂ ਤਾਂ ਇੰਨੀ ਦੂਰ ਆਉਣ ਲਈ ਤੁਹਾਡੀ, ਅਤੇ ਸਾਰਿਆਂ ਨੂੰ ਇਹੀ ਸੁਨੇਹਾ ਜੀ, ਆਪਾਂ ਸਾਰਿਆਂ ਨੇ ਰਲ ਕੇ ਰਹਿਣਾ ਆ, ਆਪਣੀ ਕਮਿਊਨਿਟੀ ਦਾ ਨਾਮ ਆਪਾਂ ਜਿੰਨਾ ਅੱਗੇ ਲਿਜਾ ਸਕੀਏ, ਆਪਣੀ ਪੰਜਾਬੀ ਕਮਿਊਨਿਟੀ ਦਾ, ਆਪਣੀ ਇੰਡੀਅਨ ਕਮਿਊਨਿਟੀ ਦਾ, ਸਪੈਸ਼ਲੀ ਯੂਥ ਜਿਹੜਾ ਨਵਾਂ ਆ ਰਿਹਾ, ਜਿੱਦਾਂ ਵੀ ਆਪਾਂ ਬਾਹਰਲੇ ਮੁਲਕਾਂ 'ਚ ਦੇਖਦੇ ਹਾਂ, ਕੈਨੇਡਾ ਦੇ ਵਿੱਚ ਕਈ ਵਾਰੀ ਦੇਖਦੇ ਹਾਂ ਜਾਂ ਅਮੈਰੀਕਾ ਦੇ ਵਿੱਚ, ਤੁਸੀਂ ਜਦੋਂ ਇੱਥੇ ਆ ਗਏ ਆ, ਤੁਸੀਂ ਸਿਰ 'ਤੇ ਪੱਗ ਬੰਨ੍ਹੀ ਆ, ਤੁਸੀਂ ਤੁਹਾਡੇ ਸਿਰ 'ਤੇ ਇੱਕ ਜ਼ਿੰਮੇਵਾਰੀ ਆ, ਅਤੇ ਉਹ ਜ਼ਿੰਮੇਵਾਰੀ ਨੂੰ ਤੁਸੀਂ ਕਿਵੇਂ ਨਿਭਾਉਣਾ ਆ, ਇਹ ਤੁਸੀਂ ਸਾਰਿਆਂ ਨੇ ਸੋਚ ਕੇ ਘਰੋਂ ਤੁਰਨਾ ਆ ਕਿ ਅੱਜ ਮੈਂ ਜਾਣਾ ਆ, ਅੱਜ ਮੈਂ ਕੋਈ ਮਾੜੀ ਹਰਕਤ ਨਹੀਂ ਕਰਨੀ, ਆਪਣੇ ਮੁਲਕ ਦਾ ਨਾਮ ਆਪਾਂ ਖਰਾਬ ਨਹੀਂ ਕਰਨਾ। ਸੋ ਇੱਦਾਂ ਹੀ ਹੌਲੀ ਹੌਲੀ ਸਾਰਿਆਂ ਨੇ ਕਾਮਯਾਬ ਹੋਣਾ, ਮੈਂ ਤਾਂ ਇੱਕ ਛੋਟੀ ਜਿਹੀ ਐਗਜ਼ਾਮਪਲ ਆ, ਹਜੇ ਤੁਸੀਂ ਸਾਰਿਆਂ ਨੇ ਬਹੁਤ ਅੱਗੇ ਜਾਣਾ ਆ। ਸਤਿ ਸ਼੍ਰੀ ਅਕਾਲ ਭਾਅ ਜੀ, ਬਹੁਤ ਬਹੁਤ ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ।